ਸ਼ੁਭਕਰਨ ਦੀ ਮੌਤ ਨੇ ਜੀ ਸਾਡੀ ਪੰਜਾਬ ਸਰਕਾਰ ਦਾ ਵੀ ਕਾਫੀ ਕੁਛ ਨੰਗਾ ਕੀਤਾ ਹੈ। ਜੇ ਉਹਨੂੰ ਸਾਰੀ ਪਿਕਚਰ ਨੂੰ ਦੇਖੀਏ ਨਾ, ਤੇ ਜਿਵੇਂ ਗੁੰਡਾਗਰਦੀ ਹੋਈ ਹੈ ਹਰਿਆਣਾ ਪੁਲਿਸ ਵੱਲੋਂ ਜਾਂ ਉਹਨਾਂ ਦੇ ਗੁੰਡਿਆਂ ਵੱਲੋਂ, ਪੰਜਾਬ ਦੇ ਵਸਨੀਕ ਨੂੰ ਗੋਲੀ ਮਾਰ ਕੇ ਮਾਰਿਆ ਤੇ ਇੰਨੀ ਮਸ਼ੀਨਰੀ ਦਾ ਨੁਕਸਾਨ ਕੀਤਾ, ਹੁਣ ਉਹਦੀ ਜ਼ਿੰਮੇਵਾਰੀ ਪੰਜਾਬ ਗਵਰਨਮੈਂਟ ਦੀ ਬਣਦੀ ਹੈ ਨਾ। ਇੱਕ ਵਾਰੀ ਅਨਾਊਂਸ ਹੋ ਗਿਆ ਵੀ ਕਾਰਵਾਈ ਕਰਾਂਗੇ, ਕਾਰਵਾਈ ਹਜੇ ਤੱਕ ਨਹੀਂ, ਫਿਰ ਕੀ ਗੱਲ ਹੈ? ਸਰਕਾਰ ਦੀ ਨੀਅਤ ਨਹੀਂ ਸਾਫ਼। ਹੁਣ ਜਿਹੜਾ ਇਹੀ ਕਿੰਤੂ ਪਰੰਤੂ ਹੋ ਰਿਹਾ ਵੀ ਆਪ ਮੂਹਰੇ ਨਹੀਂ ਲੱਗੇ ਮੁੰਡੇ, ਕੌਣ ਕਹੂਗਾ ਜੀ ਅਸੀਂ ਮੂਹਰੇ ਨਹੀਂ ਲੱਗੇ? ਜਿਹੜੇ ਨੌਜਵਾਨ ਸਵਾਲ ਕਰ ਰਹੇ ਆ ਵੀ ਆਗੂ ਕਿੱਧਰ ਚਲੇ ਗਏ, ਖ਼ਬਰਾਂ ਦੇ ਵਿੱਚ ਕਿਸ਼ੂ ਆ ਰਿਹਾ ਵੀ ਜਿੱਥੇ ਉਸ ਨੌਜਵਾਨ ਦੀ ਮੌਤ ਹੁੰਦੀ ਹੈ ਜਾਂ ਗੋਲੀ ਲੱਗਦੀ ਆ ਜਾਂ ਜਿੱਥੇ ਜਿੰਨਾ ਕੁ ਉਹ ਭੰਨ ਤੋੜ ਵਾਲਾ ਉਹਦਾ ਅੱਧਾ ਏਰੀਆ ਗਾ ਜਿਹੜਾ ਉਹ ਹਰਿਆਣੇ ਦੇ ਵਿੱਚ ਹੁੰਦਾ ਗਾ, ਪਰਚਾ ਵੀ ਉੱਥੇ ਹੀ ਹੋਊਗਾ ਉਸ ਚੀਜ਼ ਨੂੰ ਲੈ ਕੇ। ਕੀ ਤੁਹਾਨੂੰ ਲੱਗਦਾ ਵੀ ਦੋਨੇ ਸਟੇਟਾਂ ਦੀਆਂ ਪੁਲਿਸਾਂ ਥੋੜੀ ਆਮੋ ਸਾਹਮਣੇ ਹੋਣਗੀਆਂ? 3 ਦਿਨਾਂ ਤੋਂ ਸਰਕਾਰ ਦਾ ਪ੍ਰਸ਼ਾਸਨ ਵੱਲ ਧਿਆਨ, ਪ੍ਰਸ਼ਾਸਨ ਉਹਦੇ ਵੱਲ ਧਿਆਨ ਦਵਾ ਰਹੇ ਆ ਕਿ ਸ਼੍ਰੀਮਾਨ ਜੀ ਆ ਇੱਕ ਤਾਂ ਜਿਹੜਾ ਗੋਲੀ ਮਾਰ ਕੇ ਮਾਰਤਾ, ਬਾਕੀ ਤੁਸੀਂ ਮਰਵਾਓਗੇ ਸਾਡੇ ਨੂੰ ਚਾਰਾਂ ਨੂੰ ਉੱਥੇ। ਉਹਦੀ ਤੁਹਾਡੇ ਕੋਲ ਜਥੇਬੰਦੀਆਂ ਕੋਲ ਡਿਟੇਲ ਆ ਗਈ ਵੀ ਕਿਹੜੇ ਚਾਰ? ਹਾਂ ਉਹ ਸਾਡੇ ਕੋਲ ਇੱਕ ਦੀ ਤਾਂ ਮੇਰੇ ਕੋਲ ਰਿਪੋਰਟ ਆ ਇਹੀ ਆ ਕਿ ਜਿਹੜਾ ਉਹ ਰੋਹਤਕ ਹੈ, ਹਾਂ ਪ੍ਰਿਤਪਾਲ ਸਿੰਘ, ਪ੍ਰਿਤਪਾਲ ਸਿੰਘ। ਹਾਂਜੀ ਇੱਕ ਦੀ ਇਹ ਆਈ ਆ ਕਿ ਉਹ ਹੈਗਾ ਪਾਣੀਪਤ ਜੇਲ੍ਹ 'ਚ ਭੇਜਤਾ, 2 ਦੀ ਰਿਪੋਰਟ ਹਜੇ ਕੱਚੀ ਆ, ਉਹ ਰਿਪੋਰਟ ਇਹ ਆਈ ਕਿ ਉਹ ਸੋਨੀਪਤ ਦੱਸਿਆ ਜਾ ਰਿਹਾ ਵੀ ਸੋਨੀਪਤ ਹੌਸਪੀਟਲ 'ਚ। ਐਸਡੀਐਮ ਦੀ ਮੀਟਿੰਗ ਹੋਈ ਸਾਰਾ ਕੁਛ, ਉਹਨਾਂ ਨੇ ਕਹਿਤਾ ਵੀ 14 ਮਾਰਚ ਨੂੰ ਰਾਮਲੀਲਾ ਗਰਾਊਂਡ ਜਾਵਾਂਗੇ ਟਰੈਕਟਰ ਮਾਰ ਕੇ, ਉੱਥੇ ਕਿੱਥੇ ਆ ਉਹ? ਕਿਉਂ ਨਾ ਹੈਂਕੜਬਾਜੀ ਛੱਡ ਕੇ ਇਕੱਠੇ ਹੋ ਕੇ ਕਿਉਂ ਨਹੀਂ ਤੁਸੀਂ ਇੱਕ ਸੀਟ ਦੇ ਉੱਤੇ ਜਾਂ ਇੱਕ ਟੇਬਲ ਦੇ ਉੱਤੇ ਬੈਠ ਕੇ ਗੱਲ ਕਰਦੇ? ਤੁਸੀਂ ਮੈਨੂੰ ਇਹ ਦੱਸੋ, ਜਿਹੜਾ ਜਿਹੜਾ ਆਗੂ WTO ਦਾ ਹਮਾਇਤੀ ਹੋਵੇ ਤੇ WTO ਦੇ ਖਿਲਾਫ ਅੱਜ ਲੜਾਈ ਲੜਨੀ ਹੋਵੇ ਤਾਂ ਲੜੂਗਾ? ਨਹੀਂ ਪਰ ਪਹਿਲਾਂ ਵੀ ਆਪਾਂ ਅੰਦੋਲਨ ਲੜੇ ਆ ਨਾ। ਜੇ ਉਹ ਆਗੂ ਮੰਨਦੇ ਨੇ ਕਿ ਪੰਜਾਬ ਨੂੰ ਨੁਕਸਾਨ ਹੋ ਰਿਹਾ ਜੀ, ਅਸੀਂ ਮੋਰਚਾ ਲੜਨ ਦੀ ਤਿਆਰੀ ਕੀਤੀ। ਜੇ ਉਹ ਸੱਚੀ ਨੂੰ ਕਿਸਾਨ ਆਗੂ ਨੇ, ਇਮਾਨਦਾਰੀ ਨਾਲ ਕਿਸਾਨ ਆਗੂ ਨੇ, ਅਸੀਂ ਲੜ ਰਹੇ ਹਾਂ, ਉਹਨਾਂ ਦੀ ਸਾਡੇ ਨਾਲ ਵਿਚਾਰਧਾਰਾ ਦੇ ਨਾਲ ਨਹੀਂ ਗੱਲ ਫਿੱਟ ਬੈਠ ਰਹੀ, ਉਹਨਾਂ ਨੂੰ ਸਾਡੇ ਖਿਲਾਫ਼ ਬਿਆਨ ਦੇਣੇ ਚਾਹੀਦੇ ਆ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ, ਸਵਾਗਤ ਕਰਦੇ ਹਾਂ ਤੁਹਾਡਾ। ਕਿਸਾਨ ਅੰਦੋਲਨ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆ ਚੁੱਕੀਆਂ ਨੇ। 21 ਤਰੀਕ ਤੋਂ ਬਾਅਦ ਇੱਕ ਨੌਜਵਾਨ ਦੀ ਮੌਤ ਹੁੰਦੀ ਹੈ, ਗੋਲੀ ਲੱਗਣ ਕਰਕੇ ਮੌਤ ਹੁੰਦੀ ਹੈ, ਪਰ ਹੁਣ ਪੋਸਟਮਾਰਟਮ ਨੂੰ ਲੈ ਕੇ ਜਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਗੱਲ ਉੱਥੇ ਅੜੀ ਖੜੀ ਆ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਜਾਂ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਦਾ ਐਲਾਨ ਵੀ ਹੋਇਆ ਗਾ ਅਤੇ ਕਾਰਵਾਈ ਦਾ ਐਲਾਨ ਵੀ ਹੋਇਆ ਗਾ, ਹੁਣ ਉਹ ਗੱਲ ਕਿੱਥੇ ਖੜੀ ਆ ਉਸ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ। ਅਤੇ 29 ਤਰੀਕ ਤੱਕ ਕਿਹਾ ਗਿਆ ਗਾ ਵੀ 29 ਨੂੰ ਅਸੀਂ ਫੈਸਲਾ ਲਿਆਂਗੇ, 29 ਤੱਕ ਇਹ ਚੀਜ਼ਾਂ ਸਾਰੀਆਂ ਰੋਕੀਆਂ ਗਈਆਂ ਗੀਆਂ। ਸਰਵਣ ਸਿੰਘ ਬੰਧੇਰ ਦਾ ਇੱਕ ਵੱਡਾ ਬਿਆਨ ਆਉਂਦਾ ਗਾ, ਉਸ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ। ਪਰ ਖਨੌਰੀ ਜੋ ਕੁਛ ਗਰਾਊਂਡ ਦੇ ਉੱਤੇ ਹੋਇਆ ਉਸ ਨੂੰ ਲੈ ਕੇ ਸਭ ਤੋਂ ਵੱਡੀ ਗੱਲਬਾਤ ਕੀ ਨਿਚੋੜ ਨਿਕਲ ਰਿਹਾ ਗਾ ਧਰਾਤਲ ਦੇ ਉੱਤੇ ਲੋਕਾਂ ਦੇ ਵਿੱਚ, ਕਿਸਾਨ ਆਗੂਆਂ ਦੇ ਵਿੱਚ ਅਤੇ ਪ੍ਰਸ਼ਾਸਨ ਦੇ ਵਿੱਚ, ਉਸ ਨੂੰ ਲੈ ਕੇ ਵੀ ਸਾਡੇ ਨਾਲ ਮੌਜੂਦ ਰਹਿਣਗੇ ਜਗਜੀਤ ਸਿੰਘ ਡੱਲੇਵਾਲ। ਡੱਲੇਵਾਲ ਸਾਹਿਬ ਸਵਾਗਤ ਆ, ਸਤਿ ਸ਼੍ਰੀ ਅਕਾਲ ਜੀ। ਡੱਲੇਵਾਲ ਸਾਹਿਬ ਜੀ, ਮਿਹਰਬਾਨੀ ਜੀ। ਪਹਿਲਾ ਸਵਾਲ ਤਾਂ ਨੌਜਵਾਨ ਸ਼ੁਭਕਰਨ ਨੂੰ ਲੈ ਕੇ, ਤੁਸੀਂ ਇਸ ਸਾਰੀ ਚੀਜ਼ ਨੂੰ ਕਿਵੇਂ ਦੇਖਦੇ ਹੋ? ਜਿਹੜੀ ਘਟਨਾ ਵਾਪਰੀ ਆ ਸਾਰਾ ਕੁਛ ਵਾਪਰਿਆ, ਅਤੇ ਹੁਣ ਕਾਰਵਾਈ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਨੇ ਤਾਂ ਪਹਿਲੇ ਦਿਨ ਹੀ ਕਹਿਤਾ ਸੀ, ਉਸ ਤੋਂ ਬਾਅਦ ਇੱਕ ਅਫੀਸ਼ੀਅਲ ਟਵੀਟ ਵੀ ਕੀਤਾ, ਬਿਆਨ ਵੀ ਆ ਗਿਆ, ਅਤੇ ਹਜੇ ਹੁਣ ਪੋਸਟਮਾਰਟਮ ਨਹੀਂ ਹੋ ਰਿਹਾ, ਕਿੱਥੇ ਕੀ ਗੱਲ ਹੈ? ਦੇਖੋ ਸਭ ਤੋਂ ਪਹਿਲੇ ਤਾਂ ਗੱਲ ਇਹ ਹੈ ਕਿ ਇਸ ਸ਼ੁਭਕਰਨ ਦੀ ਮੌਤ ਨੇ ਜੀ ਸਾਡੀ ਪੰਜਾਬ ਸਰਕਾਰ ਦਾ ਵੀ ਕਾਫੀ ਕੁਛ ਨੰਗਾ ਕੀਤਾ ਹੈ ਜੀ। ਜਿਹੜੀਆਂ ਗੱਲਾਂ ਤੋਂ ਸਾਨੂੰ ਐਂ ਲੱਗਦਾ ਸੀਗਾ ਕਿ ਬਿਆਨਾਂ ਤੋਂ ਐਂ ਲੱਗਦਾ ਸੀਗਾ ਕਿ ਸਰਕਾਰ ਸਾਡੀ ਆ ਜੀ, ਔਰ ਜਦੋਂ ਉਹਦੇ ਰਿਜ਼ਲਟ ਆਉਣੇ ਸ਼ੁਰੂ ਹੁੰਦੇ ਪਤਾ ਉਦੋਂ ਲੱਗਦਾ ਹੁੰਦਾ ਵੀ ਕੀ ਕਰਦੀ ਹੈ ਸਰਕਾਰ ਜੀ। ਸਾਡੇ ਸ਼ੁਭਕਰਨ ਦੀ ਮੌਤ ਹੁੰਦੀ ਹੈ ਜੀ, ਉਹ ਬਾਰਡਰ ਤੋਂ ਲਗਭਗ ਜਿੱਥੇ ਬਾਰਡਰ ਹੈ ਜੀ ਉਹਦੇ ਤੋਂ 2 ਕਿੱਲੇ ਦੂਰ ਹੈ, 2 ਤੋਂ ਵੀ ਜ਼ਿਆਦਾ ਦੂਰ ਹੋਗਾ। ਹੁਣ ਜਿਹੜਾ 2 ਕਿੱਲੇ ਦੂਰ ਹੈ ਜੀ ਉੱਥੇ ਉਹਦੇ ਆ ਕੇ ਗੋਲੀ ਵੱਜਦੀ ਆ, ਤੇ ਜੇ ਉਹਨੂੰ ਸਾਰੀ ਪਿਕਚਰ ਨੂੰ ਦੇਖੀਏ ਨਾ, ਤੇ ਜਿਵੇਂ ਗੁੰਡਾਗਰਦੀ ਹੋਈ ਹੈ ਉੱਥੇ ਹਰਿਆਣਾ ਪੁਲਿਸ ਵੱਲੋਂ ਜਾਂ ਉਹਨਾਂ ਦੇ ਗੁੰਡਿਆਂ ਵੱਲੋਂ, ਅਸੀਂ ਇੱਥੋਂ ਅਨਾਊਂਸਮੈਂਟ ਕਰਤਾ ਕਿ ਅੱਜ ਆਗੂ ਅੱਗੇ ਜਾਣਗੇ, ਕੋਈ ਨੌਜਵਾਨ ਅੱਗੇ ਨਹੀਂ ਜਾਏਗਾ ਜੀ। ਉੱਧਰ ਵੀ ਪ੍ਰੋਗਰਾਮ ਜਿਹੜਾ ਇਸੇ ਤਰ੍ਹਾਂ ਦਾ ਸੀਗਾ ਸਾਰਾ ਸਥਿਰ ਹੋ ਗਿਆ ਜੀ। ਇੰਨੇ ਟਾਈਮ ਦੇ ਵਿੱਚ ਸਾਡੇ ਨਾਲ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਪ੍ਰਸ਼ਾਸਨ ਦੀ ਕਿ ਅਸੀਂ ਤੁਹਾਡੀ ਗੱਲ ਸਰਕਾਰ ਨਾਲ ਮੀਟਿੰਗ ਦਾ ਟਾਈਮ ਤੈਅ ਕਰਕੇ ਮੀਟਿੰਗ ਕਰਾਉਣੀ ਹੈ ਜੀ। ਚਲੋ ਅਸੀਂ ਰੁਕ ਗਏ, ਅਸੀਂ ਉੱਥੇ ਵੀ ਮੈਸੇਜ ਲਾਤਾ ਵੀ ਭਾਈ ਕੁਛ ਨਹੀਂ ਕਰਨਾ, ਸਰਕਾਰ ਵੱਲੋਂ ਸਾਨੂੰ ਗੱਲਬਾਤ ਦਾ ਸੱਦਾ ਆ ਰਿਹਾ, ਉਹ ਕਹਿੰਦੇ ਮੀਟਿੰਗ ਅਸੀਂ ਅੱਜ ਹੀ ਕਰਨ ਨੂੰ ਤਿਆਰ ਹੈ। ਹੁਣ ਉੱਥੇ ਆ ਕੇ ਆਰਾਮ ਨਾਲ ਬੈਠੇ ਨੇ ਲੋਕ ਜੀ, ਕੋਈ ਗੜਬੜ ਨਹੀਂ। ਸਾਡਾ ਮੈਸੇਜ ਅਸੀਂ ਵੇਟ ਕਰ ਰਹੇ ਹਾਂ ਕਿ ਸਰਕਾਰ ਸਾਡੇ ਨਾਲ
ਗੱਲਬਾਤ ਕਰਦੀ ਹੈ ਜੀ, ਤੇ ਉਧਰਲੇ ਪਾਸੇ ਇੱਕੋ ਦਮ ਇੰਨੀ ਹੈਵੀ ਸ਼ੈਲਿੰਗ ਹੁੰਦੀ ਹੈ, ਇੱਕੋ ਥਾਂ ਤੇ ਇੱਕੋ ਦਮ ਇਹ ਗੱਲ ਦੱਸਿਆ ਜਾ ਰਿਹਾ ਹੈ ਕਿ ਸੈਂਕੜੇ ਜੀ, ਪੰਜ ਸੱਤ ਦਸ ਵੀ ਨਹੀਂ, ਸੈਂਕੜੇ ਗੋਲੇ ਦਾਗੇ ਗਏ ਇੱਕੋ ਦਮ। ਹੁਣ ਜਦੋਂ ਸੈਂਕੜੇ ਗੋਲੇ ਦਾਗੇ ਗਏ ਆ ਆਰਾਮ ਨਾਲ ਮਤਲਬ ਖੜਿਆ ਬੰਦਿਆਂ ਦੇ ਉੱਤੇ, ਤਾਂ ਸੁਭਾਵਿਕ ਹੈ ਕਿ ਭਗਦੜ ਤਾਂ ਮਚੂਗੀ। ਉਹ ਭਗਦੜ ਦਾ ਮਾਹੌਲ ਬਣਾ ਕੇ ਉਹਨਾਂ ਨੇ ਸਾਡੇ ਨੌਜਵਾਨਾਂ ਨੂੰ ਟਾਰਗੇਟ ਕੀਤਾ, ਗੋਲੀ ਚਲਾਈ। ਈਵਨ ਇੱਥੋਂ ਤੱਕ ਵੀ ਗੱਲ ਆ ਗਈ ਹੈ ਕਿ ਮੈਨੂੰ ਮੇਰੇ ਕੋਲ ਹਜੇ ਮੇਰੇ ਸਾਹਮਣੇ ਨਹੀਂ ਹੈਗੇ, ਜਿੰਨਾ ਚਿਰ ਫੈਕਟ ਨਹੀਂ ਉਹਨਾਂ ਨਾਲ ਗੱਲ ਕਰਨੀ ਠੀਕ ਨਹੀਂ ਹੁੰਦੀ, ਪਰ ਦੱਸ ਰਹੇ ਨੇ ਮੁੰਡੇ ਕਿ ਦਿਖ ਰਹੀ ਹੈ ਕਿ ਇੱਕ ਕੋਈ ਆਦਮੀ ਉਹਨਾਂ ਦਾ ਜਿਹੜੀ ਪੁਲਿਸ ਹੈ ਜਾਂ ਕੋਈ ਉਹਨਾਂ ਦੇ ਗੁੰਡੇ ਨੇ, ਕੌਣ ਹੈ ਇਹ ਸਰਕਾਰਾਂ ਨੇ ਉਹਨੂੰ ਜਸਟੀਫਾਈ ਕਰਨਾ, ਸਪਸ਼ਟ ਕਰਨਾ ਹੈ ਨਾ ਕੌਣ ਆ ਉਹ ਜੀ। ਹੁਣ ਉਹ ਬੰਦਾ ਰਿਵਾਲਵਰ ਨਾਲ ਗੋਲੀ ਚਲਾ ਰਿਹਾ ਜਾਂ ਪਿਸਟਲ ਨਾਲ ਗੋਲੀ ਚਲਾ ਰਿਹਾ, ਉਹ ਕੌਣ ਹੈ ਜਿਹੜਾ ਉੱਥੇ ਕਰਤੂਤ ਕਰ ਰਿਹਾ ਹੈ? ਕੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਇਹਦੀ ਪੜਤਾਲ ਕਰਨ ਦੀ? ਹੁਣ ਅਸੀਂ ਐਜੀਟੇਸ਼ਨ ਕਰਨ ਵਾਲੇ ਲੋਕ ਹਾਂ, ਸਾਡੇ ਬੰਦਿਆਂ ਨੂੰ ਗ੍ਰਿਫਤਾਰੀ ਹੋ ਜਾਣੀ ਗੱਲ ਵੱਖਰੀ ਆ, ਹੋ ਜਾਂਦੀਆਂ ਹੁੰਦੀਆਂ ਨੇ, ਲੇਕਿਨ ਗੋਲੀ ਮਾਰ ਦੇਣੀ ਇਹ ਕਿਧਰੋਂ ਉਚਿਤ ਹੈ? ਇੱਥੇ ਨਹੀਂ ਗੱਲ ਮੁੱਕੀ, ਸਾਡੇ ਉਦੋਂ ਗਾਹਾਂ ਗੁੰਡਾਗਰਦੀ ਦੀ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਉਹ ਇੱਥੋਂ ਤੀਕਰ ਪਹੁੰਚ ਗਈ ਕਿ ਲਗਭਗ ਕੱਲ੍ਹ ਮੈਂ ਰਾਤ ਉੱਥੇ ਸੀਗਾ ਜੀ, 17-18 ਵਹੀਕਲ ਸਾਡੇ ਐਨ ਪੂਰੀ ਤਰ੍ਹਾਂ ਤਹਿਸ਼ਨਸ ਕੀਤੇ ਨੇ ਜੀ, ਭੰਨੇ ਨੇ। ਅੱਛਾ ਇਹਦੋਂ ਵੀ ਗਾਹਾਂ, ਤੁਸੀਂ ਇਹ ਨੋਟ ਕਰੋ ਕਿ ਅਗਰ ਦੋ ਮੁਲਕਾਂ ਦੀ ਜੰਗ ਲੱਗੀ ਹੋਵੇ ਤਾਂ ਜਿਹੜੀ ਫਸਟ ਏਡ ਦੇਣ ਵਾਸਤੇ ਵਿੱਚ ਵੈਨ ਫਿਰਦੀ ਹੁੰਦੀ ਹੈ ਨਾ ਜੀ, ਉਹਨੂੰ ਕੋਈ ਛੇੜਛਾੜ ਨਹੀਂ ਕਰਦਾ, ਉਹਦੇ 'ਤੇ ਕਦੇ ਹਮਲਾ ਨਹੀਂ ਹੁੰਦਾ। ਹੁਣ ਸਾਨੂੰ ਫਸਟ ਏਡ ਦੇਣ ਵਾਸਤੇ ਜਿਹੜੇ ਲੋਕ ਉੱਥੇ ਬੈਠੇ ਸੀ, ਡਾਕਟਰ ਸਵੈਮਾਨ ਦੇ ਬੰਦੇ ਜਾਂ ਇੱਕ ਪੰਜ ਦਰਿਆਵਾਂ ਦੇ ਨਾਂ 'ਤੇ ਉੱਥੇ ਮਤਲਬ ਕੋਈ ਐਸੋਸੀਏਸ਼ਨ ਕੰਮ ਕਰ ਰਹੀ, ਉਹ ਬੈਠੀ ਹੈ, ਉਹਨਾਂ ਦਾ ਸਮਾਨ ਖਿਲਾਰਿਆ ਗਿਆ, ਉਹਨਾਂ ਨੂੰ ਕੁੱਟਮਾਰ ਕੀਤੀ, ਉਹਨਾਂ ਦੇ ਇੱਕ ਬੰਦੇ ਦੀ ਬਾਂਹ ਟੁੱਟੀ। ਇਹ ਤਾਂ ਇਹਦਾ ਮਤਲਬ ਇਹ ਹੈ ਕਿ ਅਸੀਂ ਜਿੰਨੇ ਮਰਜ਼ੀ ਬੰਦਿਆਂ ਨੂੰ ਇੱਥੇ ਕੁੱਟ ਦਈਏ, ਮਾਰ ਦਈਏ, ਸਿਰ ਪਾੜ ਦਈਏ, ਇਹਨਾਂ ਨੂੰ ਫਸਟ ਏਡ ਬਣਾ ਮਿਲੇ, ਇਹਦਾ ਮਤਲਬ ਇਹ ਨਿਕਲਦਾ ਕਿੱਡੇ ਕਿੱਡੇ ਮਾੜੇ ਇਰਾਦੇ ਸੀ ਉਹਨਾਂ ਬੰਦਿਆਂ ਦੇ ਉੱਥੇ। ਫਿਰ ਅਗਲੀ ਗੱਲ, ਹੁਣ ਉਹ ਸਾਰਾ ਕੁਛ ਜਿਹੜਾ ਹੋਇਆ, ਅਸੀਂ ਉੱਥੇ ਮੰਗ ਕਰ ਰਹੇ ਹਾਂ ਸਰਕਾਰ ਦੇ ਕੋਲੋਂ ਕਿ ਤੁਸੀਂ ਕਹਿ ਤਾ, ਅਸੀਂ ਮੰਗ ਕੀਤੀ ਕਿ ਇਹਨੂੰ ਸ਼ਹੀਦ ਦਾ ਦਰਜਾ ਦਿਓ, ਧੰਨਵਾਦ ਤੁਹਾਡਾ, ਤੁਸੀਂ ਸ਼ਹੀਦ ਦਾ ਦਰਜਾ ਦੇ ਤਾ, ਤੁਸੀਂ ਉਹਨੂੰ 1 ਕਰੋੜ ਦੀ ਰਾਸ਼ੀ ਅਨਾਊਂਸ ਕਰਤੀ ਜੀ, ਤੁਸੀਂ ਉਸ ਕੁੜੀ ਵਾਸਤੇ ਨੌਕਰੀ ਦਾ ਦਾ ਅਨਾਊਂਸਮੈਂਟ ਕਰਤੀ ਉਹਦੀ ਸਿਸਟਰ ਵਾਸਤੇ ਜੀ, ਪਰ ਸਾਡੀ ਬੇਨਤੀ ਇਹ ਹੈ ਕਿ ਭਾਈ ਉਹਦੀ ਜਿਹੜੀ ਸ਼ਹਾਦਤ ਹੋਈ ਇਹ ਤਾਂ ਸਾਡੀ ਪੰਜਾਬ ਗਵਰਨਮੈਂਟ ਉਹਨੂੰ ਮਦਦ ਦੇ ਰਹੀ ਹੈ ਨਾ ਜੀ, ਇਹ ਅਸੀਂ ਉਹਦਾ ਮੁੱਲ ਨਹੀਂ ਨਾ ਲੈ ਰਹੇ, ਇਹ ਤਾਂ ਉਹਨੂੰ ਸਾਡੀ ਪੰਜਾਬ ਗਵਰਨਮੈਂਟ ਤੋਂ ਸਾਡੀ ਮਦਦ ਹੈ ਉਹ ਦਿੱਤੀ ਜਾ ਰਹੀ ਹੈ ਜੀ, ਲੇਕਿਨ ਜਿੰਨਾ ਨੇ ਉਹਨੂੰ ਪੰਜਾਬ ਦੇ ਵਿਅਕਤੀ ਨੂੰ ਪੰਜਾਬ ਦੇ ਵਸਨੀਕ ਨੂੰ ਗੋਲੀ ਮਾਰ ਕੇ ਮਾਰਿਆ ਅਤੇ ਇੰਨੀ ਮਸ਼ੀਨਰੀ ਦਾ ਨੁਕਸਾਨ ਕੀਤਾ, ਹੁਣ ਉਹਦੀ ਜ਼ਿੰਮੇਵਾਰੀ ਪੰਜਾਬ ਗਵਰਨਮੈਂਟ ਦੀ ਬਣਦੀ ਹੈ ਨਾ ਕਿ ਪੰਜਾਬ ਗਵਰਨਮੈਂਟ ਉਹਦੇ 'ਤੇ ਕਾਰਵਾਈ ਕਰੇ, ਔਰ ਉਹਨਾਂ ਦੇ ਉੱਤੇ ਕਾਰਵਾਈ ਕਰਨੀ ਕਿਉਂ ਨਹੀਂ ਕਰ ਰਹੀ ਸਰਕਾਰ? 2 ਦਿਨ ਤੋਂ ਤੀਜਾ ਦਿਨ 3 ਦਿਨ ਹੋ ਗਏ, ਅੱਜ 3ਵਾਂ ਦਿਨ ਚੱਲ ਰਿਹਾ, ਇਸੇ ਗੱਲ 'ਤੇ ਰੇੜਕਾ ਪਿਆ ਹੋਇਆ, ਅਸੀਂ ਕਹਿੰਦੇ ਮੁਕੱਦਮਾ ਦਰਜ ਕਰੋ, ਕਿਉਂ ਨਹੀਂ ਕਰ ਰਹੇ ਮੁਕੱਦਮਾ ਦਰਜ? ਔਰ ਉਹਨਾਂ ਵੱਲੋਂ ਮੁਕੱਦਮਾ ਦਰਜ ਕਰਨ ਤੋਂ ਟਾਲ ਮਟੋਲ ਦੀ ਨੀਤੀ, ਕਦੇ ਜੀ ਇਹ ਤਾਂ ਫਲਾਣਿਆਂ ਦੀ ਕੰਸਟੀਟਿਊਸ਼ਨ 'ਚ ਪੈਂਦਾ, ਇਹ ਫਲਾਣੇ ਦੀ ਏਰੀਏ 'ਚ ਪੈਂਦਾ, ਸਾਨੂੰ ਸਾਡਾ ਬੰਦਾ ਹੈ, ਅਸੀਂ ਆਪਦੇ ਬੰਦੇ 'ਤੇ ਸਾਡੇ 'ਤੇ ਗੋਲੀ ਵੱਜੀ ਹੈ ਜੀ, ਕੀ ਉਹਨਾਂ ਨੂੰ ਸਾਡੇ ਬੰਦੇ 'ਤੇ ਗੋਲੀ ਮਾਰਨ ਦਾ ਰਾਈਟ ਕਿਹਨੇ ਦਿੱਤਾ? ਸਵਾਲ ਤਾਂ ਆ ਹੈ। ਪਰ ਡੱਲੇਵਾਲ ਸਾਹਿਬ, ਜਿਹੜਾ ਟੈਕਨੀਕਲ ਇੱਕ ਇਸ਼ੂ ਜਾਂ ਖਬਰਾਂ ਦੇ ਵਿੱਚ ਇੱਕ ਇਸ਼ੂ ਆ ਰਿਹਾ ਵੀ ਜਿੱਥੇ ਉਸ ਨੌਜਵਾਨ ਦੀ ਮੌਤ ਹੁੰਦੀ ਹੈ ਜਾਂ ਗੋਲੀ ਲੱਗਦੀ ਆ, ਜਾਂ ਜਿੱਥੇ ਜਿੰਨਾ ਕੁ ਉਹ ਭੰਨ ਤੋੜ ਵਾਲਾ, ਉਹਦਾ ਅੱਧਾ ਏਰੀਆ ਗਾ ਜਿਹੜਾ ਉਹ ਹਰਿਆਣੇ ਦੇ ਵਿੱਚ ਹੁੰਦਾ ਗਾ, ਪਰਚਾ ਵੀ ਉੱਥੇ ਹੀ ਹੋਊਗਾ ਉਸ ਚੀਜ਼ ਨੂੰ ਲੈ ਕੇ, ਕੀ ਤੁਹਾਨੂੰ ਲੱਗਦਾ ਵੀ ਦੋਨੇ ਸਟੇਟਾਂ ਦੀਆਂ ਪੁਲਿਸਾਂ ਥੋੜੀ ਆਮੋ ਸਾਹਮਣੇ ਹੋਣਗੀਆਂ, ਕਿਉਂਕਿ ਬਹੁਤ ਵੱਡਾ ਮੈਟਰ? ਕੀ ਹੁਣ ਸਮਝਣ ਵਾਲੀ ਗੱਲ, ਇਹੀ ਤਾਂ ਫਿਰ ਖੜਨ ਦੀ ਗੱਲ ਹੈ ਨਾ, ਮੈਂ ਇਹੀ ਤਾਂ ਤੁਹਾਨੂੰ ਕਿਹਾ ਕਿ ਇਹੀ ਤਾਂ ਮਤਲਬ ਵੱਡੇ ਦਿਲ ਦੀ ਲੋੜ ਹੈ ਨਾ ਸਾਡੇ ਮੁੱਖ ਮੰਤਰੀ ਦੀ? ਨਹੀਂ, ਉਹ ਲਾਅ ਤੋਂ ਉੱਪਰ ਤਾਂ ਨਹੀਂ ਜਾ ਸਕਦੇ। ਨਹੀਂ, ਮੈਂ ਹੀ ਗੱਲ ਕਰਨ ਲੱਗਾ, ਅਸੀਂ ਕਿਹਾ ਵੀ FIR ਲੌਂਚ ਕਰੋ, FIR ਲੌਂਚ ਕਰਨ ਜੀ, ਅਗਰ ਉਹਨੂੰ ਕਿਹਨੇ ਆਈਡੈਂਟੀਫਾਈ ਕਰਤਾ ਕਿ ਹਰਿਆਣਾ ਪੁਲਿਸ ਨੇ ਜੀ ਉਹਨੂੰ ਚੱਕਿਆ ਜਾਂ ਪੰਜਾਬ ਪੁਲਿਸ ਨੇ ਉਹਨੂੰ ਚੱਕਿਆ, ਕੌਣ ਉਹਨੂੰ ਕਿੱਥੇ ਕਿਹੜਾ ਉਹਦਾ ਪਿੰਨ ਪੁਆਇੰਟ ਕਿੱਥੋਂ ਕਰਨਗੇ ਵੀ ਇੱਥੇ ਪਿਆ ਸੀ ਉਹ? ਕੌਣ ਕਰੇਗਾ? ਕੌਣ ਦਾਵਾ ਕਰੇਗਾ ਕਿ ਇਹਨੂੰ ਅਸੀਂ ਇੱਥੋਂ ਪੈਨੂੰ ਚੱਕਿਆ? ਇਹ ਤਾਂ ਸਾਡੇ ਲੋਕਾਂ ਨੂੰ ਬੁੱਧੂ ਬਣਾਉਣ ਵਾਸਤੇ ਇਹ ਕਿਹਾ ਜਾ ਸਕਦਾ ਹੈ ਨਹੀਂ ਜੀ ਇੱਧਰ ਪਿਆ ਸੀ, ਇਹ ਕਿਹਾ ਜਾ ਸਕਦਾ ਨਹੀਂ ਜੀ ਇੱਧਰ ਪਿਆ ਸੀ।
ਚੱਕ ਕੇ ਤਾਂ ਅਸੀਂ ਲੈ ਕੇ ਗਏ ਹਾਂ ਜੀ। ਅਸੀਂ ਸਭ ਤੋਂ ਪਹਿਲਾਂ ਇਨਫੋਰਮੇਸ਼ਨ ਦਿੱਤੀ ਹੈ ਕਿ ਸਾਡੇ ਬੰਦੇ 'ਤੇ ਗੋਲੀ ਵੱਜ ਗਈ ਜੀ, ਇਹਦੇ 'ਤੇ ਮੁਕੱਦਮਾ ਦਰਜ ਕਰੋ। ਸਭ ਤੋਂ ਪਹਿਲਾਂ ਕੰਮ ਹੁੰਦਾ ਮੁਕੱਦਮਾ ਦਰਜ ਕਰਨਾ ਹੈ, ਕਰਨਾ ਪਏਗਾ। ਸੁਪਰੀਮ ਕੋਰਟ ਦੀ ਰੂਲਿੰਗ ਹੈ ਕਿ ਮੁਕੱਦਮਾ ਦਰਜ ਕਰਨਾ ਪਏਗਾ। ਮੁਕੱਦਮਾ ਦਰਜ ਕਰਨ ਦੀ ਬਜਾਏ ਹੁਣ ਜਿਹੜੇ ਬੰਦਿਆਂ ਨੇ ਸਾਡੇ ਬੰਦੇ ਨੂੰ ਮਾਰਿਆ ਹੈ ਜੀ, ਜੇ ਅਸੀਂ ਇਨਵੈਸਟੀਗੇਟਰ ਵੀ ਉਹਨਾਂ ਨੂੰ ਬਣਾ ਕੇ ਪਾ ਦਿਓਗੇ ਤੁਸੀਂ, ਤਾਂ ਸਾਨੂੰ ਉੱਥੋਂ ਕੀ ਮਿਲੂਗਾ ਜੀ? ਸਵਾਲ ਤਾਂ ਇਹ ਹੈ ਨਾ ਜੀ, ਸਾਡੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ, ਉਹ ਕਰਨ ਗੱਲ, ਉਹ ਕਹਿਣ ਵੀ ਇਹ ਤਾਂ ਜੀ ਸਾਡੀ ਹੱਦ 'ਚ ਹੈ, ਫਿਰ ਵੇਖਾਂਗੇ ਨਾ ਵੀ ਹੱਦ ਦੀ ਪੜਤਾਲ ਕਰਾਵਾਂਗੇ। ਇਹ ਤਾਂ ਗਾਂਹ ਦੀਆਂ ਗੱਲਾਂ ਨੇ। ਪਰਚਾ ਦਰਜ ਕਰਨਾ ਤਾਂ ਸਾਡੀ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ ਨਾ। ਮੁਕੱਦਮਾ ਦਰਜ ਕਰੇ, ਅੱਗੇ ਇਨਵੈਸਟੀਗੇਸ਼ਨਾਂ ਹੋਣ, ਇਨਵੈਸਟੀਗੇਸ਼ਨ ਦੇ ਵਿੱਚ ਹਰਿਆਣੇ ਵਾਲੇ ਅੱਗੇ ਜਾ ਕੇ ਕੋਰਟ ਦੇ ਥਰੂ ਸਾਡੇ ਕੋਲੋਂ ਮੰਗ ਕਰਨ, ਵੀ ਤਾਂ ਸਾਡੇ ਏਰੀਏ 'ਚ ਫਿਰ ਆਜੂਗੀ ਗੱਲ। ਤੁਹਾਡੀ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਨਾਲ ਗੱਲ ਹੋਈ ਹੈ, ਜਦੋਂ ਉਹਨਾਂ ਨੇ ਅਨਾਊਂਸ ਕੀਤਾ ਦੋ ਵਾਰੀ ਕਰਤਾ ਅਨਾਊਂਸ ਵੀ ਅਸੀਂ ਕਾਰਵਾਈ ਕਰ ਰਹੇ ਹਾਂ, ਫਿਰ ਢਿੱਲ ਕਿੱਥੇ ਖੜ ਗਈ ਇਹ? ਮਤਲਬ ਤੁਹਾਡੇ ਤੇ ਜਥੇਬੰਦੀਆਂ ਤੇ ਕੋਈ ਪ੍ਰੈਸ਼ਰ ਪਾਇਆ ਜਾ ਰਿਹਾ ਹੈਗਾ, ਕੋਈ ਤੁਹਾਨੂੰ ਗੱਲ ਕਹੀ ਜਾ ਰਹੀ ਹੈ, ਜਦੋਂ ਇੱਕ ਵਾਰੀ ਅਨਾਊਂਸ ਹੋ ਗਿਆ ਵੀ ਕਾਰਵਾਈ ਕਰਾਂਗੇ, ਕਾਰਵਾਈ ਹਜੇ ਤੱਕ ਨਹੀਂ, ਫਿਰ ਕੀ ਗੱਲ ਹੈ ਅੰਦਰਲੀ ਗੱਲ ਸਟੋਰੀ? ਨਹੀਂ ਦੇਖੋ, ਮੈਂ ਜਿਹੜੀ ਹਕੀਕਤ ਅੰਦਰਲੀ ਗੱਲ, ਤੁਸੀਂ ਸਗੋਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਮੁੱਖ ਮੰਤਰੀ ਜੀ ਤੋਂ ਪੁੱਛੋ, ਤੁਸੀਂ ਸਾਡੇ DGP ਤੋਂ ਪੁੱਛੋ ਜੀ ਕਿ ਤੁਹਾਨੂੰ ਕੀ ਪ੍ਰੈਸ਼ਰ ਹੈ। ਨੁਕਤੇ ਛੱਡੋ ਜੀ, ਕਾਨੂੰਨੀ ਨੁਕਤਿਆਂ ਦੀ ਗੱਲ ਛੱਡੋ, ਤੁਹਾਡੀ ਜ਼ਿੰਮੇਵਾਰੀ ਬਣਦੀ ਆ ਕਿ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਕਹਿਤਾ ਵੀ FIR ਲੌਂਚ ਕਰੋ, ਤੁਸੀਂ FIR ਲੌਂਚ ਕਰੋ। ਇਨਵੈਸਟੀਗੇਸ਼ਨ ਆਪੇ ਉਹ ਕਰੂਗਾ ਜਿਹਦੀ ਬਣੂਗੀ, ਜੇਕਰ ਸਾਡਾ ਉੱਧਰ ਜਾਏਗਾ ਤਾਂ ਅਸੀਂ ਉਹ ਦੇਖਾਂਗੇ ਉਹਨਾਂ ਹਾਲਾਤਾਂ ਦਾ। ਹੋ ਸਕਦਾ ਹੈ ਸਿੱਧ ਹੀ ਇਹ ਹੋ ਜੇ ਕਿ ਸਾਡਾ ਬੰਦਾ ਸਾਡੇ ਏਰੀਏ 'ਚ ਮਰਿਆ। ਸੋ ਇਹ ਗੱਲਾਂ ਜਿਹੜੀਆਂ ਨੇ ਨਾ, ਇਹ ਸਭ ਟਾਲ ਮਟੋਲ ਦੀਆਂ ਨੀਤੀਆਂ ਨੇ, ਸਭ ਬੇਕਾਰ ਨੇ। ਮੈਂ ਹੋਰ ਇਹਦੇ ਵੀ ਕਹਾਂ, ਗੱਲ ਦੱਸ ਦਿੰਦਾ ਤੁਹਾਨੂੰ ਆਪਣਾ ਰਤਨ ਜੀ, ਸਾਡੇ ਬੰਦੇ ਦੀ ਡੈਥ ਹੁੰਦੀ ਆ ਆ ਕੇ ਪਾਤੜਾ ਪਹਿਲਾਂ ਫਸਟ ਏਡ ਲੈਣ ਵਾਸਤੇ ਲੈ ਕੇ ਗਏ ਜੀ। ਅਗਰ ਉਹ ਮੁੰਡਾ ਉੱਥੇ ਮਰ ਗਿਆ ਹੁੰਦਾ, ਫਿਰ ਉਹਨੂੰ ਮਤਲਬ ਪਾਤੜਾ ਚੱਕ ਕੇ ਲਿਆਉਣਾ ਸੀ, ਕਿਸੇ ਨੇ ਨਹੀਂ ਲਿਆਉਣਾ ਸੀ। ਉਹ ਪਾਤੜਾ ਜੇਕਰ ਲਿਆਂਦਾ ਹੈ ਤਾਂ ਮਤਲਬ ਮੁੰਡਾ ਜਿਉਂਦਾ ਹੈ, ਉਹ ਜਿਉਂਦੇ ਨੂੰ ਅਸੀਂ ਉੱਥੋਂ ਚੱਕ ਕੇ ਲਿਆਂਦਾ ਜੀ। ਤਾਂ ਇਹਦੇ 'ਤੇ ਇਹ ਸਾਡੀ ਸਰਕਾਰ ਇਸ ਆਧਾਰ ਦੇ ਉੱਤੇ ਕਿਉਂ ਨਹੀਂ ਗੌਰ ਕਰਦੀ? ਇਹਦਾ ਨੀਯਤ ਆ ਨਾ ਵੀ ਕੀ ਕਰਨਾ ਸੀ, ਸਰਕਾਰ ਦੀ ਨੀਯਤ ਨਹੀਂ ਸਾਫ਼। ਪਰਚਾ ਇੱਥੇ ਦਰਜ ਹੈ, ਸਰਕਾਰ ਦੀ ਕਰ ਸਕਦੀ ਹੈ, ਲੇਕਿਨ ਮਾਮਲਾ ਇਹ ਹੈ ਕਿ ਜਾਣ ਬੁੱਝ ਕੇ ਸਗੋਂ ਮਤਲਬ ਉਸ ਖੇਡ ਨੂੰ ਉਲਝਾਇਆ ਜਾ ਰਿਹਾ ਹੈ, ਗੋਡੇ ਟੇਕੇ ਜਾ ਰਿਹਾ ਸਰਕਾਰ ਵੱਲੋਂ। ਮੇਰਾ ਸਿੱਧਾ ਸਪਸ਼ਟ ਹੀ ਹੈ, ਜਿਹੜੇ ਨੌਜਵਾਨ ਹੁਣ ਉੱਧਰ ਲੈ ਕੇ ਚਲੇ ਗਏ, ਉਹਨਾਂ 'ਚੋਂ ਇੱਕ ਹੀ ਹਜੇ ਸਾਹਮਣੇ ਆਇਆ, ਹੋਰ ਕਿਸੇ ਦੀ ਹਜੇ ਤੱਕ ਨਾ ਤਾਂ ਪੁਸ਼ਟੀ ਹੋਈ ਆ ਨਾ ਕਿਸੇ ਦੇ ਹਜੇ ਤੱਕ ਮਾਪੇ ਸਾਹਮਣੇ ਆ। ਪ੍ਰਿਤਪਾਲ ਸਿੰਘ ਨੂੰ ਲੈ ਕੇ ਅੱਜ ਵੀ ਜਿਹੜੇ ਮੁੱਖ ਸਕੱਤਰ ਨੇ, ਉਹਨਾਂ ਨੇ ਹਰਿਆਣੇ ਦੇ ਮੁੱਖ ਸਕੱਤਰ ਨੂੰ ਲਿਖਿਆ, ਭਾਈ ਅਸੀਂ PGI 'ਚ ਪੰਜਾਬ ਸਰਕਾਰ ਨੇ ਉਹਦਾ ਫ੍ਰੀ ਇਲਾਜ ਕਰਾਉਣਾ ਗਾ, ਉਸ ਨੂੰ ਲੈ ਕੇ ਕੋਈ ਗੱਲਬਾਤ ਤੁਹਾਡੀ? ਦੇਖੋ ਹੁਣ ਸੋਚ ਲਓ ਕਿੱਡੀ ਵੱਡੀ ਗੱਲ ਹੈ ਇਹ ਰਤਨ ਜੀ, ਸਾਡਾ ਇਹ ਬੰਦਾ ਜੀ, ਕਿੰਨੀ ਕੁ ਜ਼ਿੰਮੇਵਾਰੀ ਹੈ ਸਾਡੀ ਸਰਕਾਰ ਦੀ? ਸਾਡੇ ਬੰਦਿਆਂ ਨੂੰ ਅਗਵਾ ਕਰਕੇ ਲੈ ਕੇ ਗਏ, ਉਧਰੋਂ ਬੰਦਾ ਮੰਗਿਆ, ਉਹਦੀ ਇਨਵੈਸਟੀਗੇਸ਼ਨ ਕਰਨੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਇਹ ਵਾਕਿਆ ਲੜਨ ਵਾਲਾ ਸੀ ਜਾਂ ਗਾਹਾਂ ਸੀ ਜਾਂ ਕਿੱਥੋਂ ਚੱਕਿਆ ਇਹਨੂੰ? ਜਿੱਥੋਂ ਉਹਨੂੰ ਚੱਕ ਕੇ ਲੈ ਕੇ ਗਏ ਨੇ, ਉਹਦੀਆਂ ਲੱਤਾਂ ਬਾਹਾਂ ਤੋੜੀਆਂ ਗਈਆਂ, ਉਹਦਾ ਸਿਰ ਪਾੜਿਆ ਗਿਆ, ਔਰ ਉਹ ਬੰਦਾ ਉੱਥੇ ਮਤਲਬ ਵਿਚਾਰਾ ਮਰਨ ਕਿਨਾਰੇ ਪਿਆ ਸੀ, ਉਦੋਂ ਤਾਂ ਪਿੱਟੀ ਜਾਂਦੇ ਹਾਂ ਬਈ ਇਸ ਬੰਦੇ ਦੀ ਉੱਥੇ ਡੈਥ ਹੋ ਸਕਦੀ ਹੈ ਜੀ, ਉੱਥੇ ਇਹਦਾ ਨੁਕਸਾਨ ਹੋ ਸਕਦਾ ਹੈ, ਇਹ ਨਹੀਂ ਹੈ ਚਾਰ ਬੰਦੇ ਨੇ ਉਹਨਾਂ ਦੇ, ਪਰਚਾ ਵੀ ਹੈ 307 ਦਾ। ਇਹੀ ਯਾਰ, ਜਿਹੜੇ ਬੰਦੇ ਨੂੰ ਉਹਨਾਂ ਨੇ ਕੁੱਟ ਲਿਆ, ਮਾਰ ਲਿਆ, ਲੱਤਾਂ ਬਾਹਾਂ ਤੋੜ ਲਈਆਂ, ਉਹਦੇ 'ਤੇ ਤਾਂ ਪਰਚਾ ਦਰਜ ਕਰਨਗੇ। ਇਹ ਤਾਂ ਪੁਲਿਸ ਦੀ ਖੇਡ ਹੀ ਹੁੰਦੀ ਆ। ਸਾਡੇ 'ਤੇ ਕਿੰਨੀ ਵਾਰੀ ਮਤਲਬ ਜਦੋਂ ਲਾਠੀਚਾਰਜ ਹੋ ਜਾਂਦਾ ਹੈ, ਨਾਲੇ ਸਾਡੇ ਲੋਕਾਂ ਨੂੰ ਕੁੱਟ ਲਿਆ ਜਾਂਦਾ, ਨਾਲੇ ਸਾਡੇ ਲੋਕਾਂ 'ਤੇ 307 ਦਾ ਪਰਚਾ ਦਰਜ ਕਰ ਦਿੱਤਾ ਜਾਂਦਾ। ਇਹ ਤਾਂ ਆਮ ਰਵੱਈਆ ਨਾ, ਇਹ ਤਾਂ ਕਰਨਾ ਹੀ ਕਰਨਾ ਹੁੰਦਾ ਉਹਨਾਂ ਨੇ। ਪਰ ਮੈਂ ਜਿਹੜੀ ਗੱਲ ਕਰ ਰਿਹਾ ਸੀਗਾ, ਮੈਂ ਇਹ ਗੱਲ ਕਰ ਰਿਹਾ ਸੀ ਕਿ ਸਾਡੇ ਮੁੱਖ ਮੰਤਰੀ ਦਾ ਸਾਡੇ ਟਰੈਕਟਰਾਂ ਦੇ ਪ੍ਰਤੀ ਬਿਆਨ ਆਇਆ, ਸਾਡੇ ਜਿਹੜੇ ਉਹ ਚਾਰ ਚੱਕੇ ਨੇ, ਅਸੀਂ ਉਹਦੇ ਪ੍ਰਤੀ 3 ਦਿਨਾਂ ਤੋਂ ਸਰਕਾਰ ਦਾ ਪ੍ਰਸ਼ਾਸਨ ਉਹਦੇ ਵੱਲ ਧਿਆਨ ਦਵਾ ਰਹੇ ਹਾਂ ਕਿ ਸ਼੍ਰੀਮਾਨ ਜੀ ਆ ਇੱਕ ਤਾਂ ਜਿਹੜਾ ਗੋਲੀ ਮਾਰ ਕੇ ਮਾਰਤਾ, ਬਾਕੀ ਤੁਸੀਂ ਮਰਵਾਓਗੇ ਸਾਡੇ ਨੂੰ ਚਾਰਾਂ ਨੂੰ ਉੱਥੇ, ਉਹਨਾਂ ਨੂੰ ਕਿਉਂ ਨਹੀਂ ਲੈਂਦੀ ਸਰਕਾਰ? ਉਹਦੀ ਤੁਹਾਡੇ ਕੋਲ ਜਥੇਬੰਦੀਆਂ ਕੋਲ ਡਿਟੇਲ ਆ ਗਈ ਵੀ ਕਿਹੜੇ ਚਾਰ ਨੇ? ਹਾਂ, ਉਹ ਸਾਡੇ ਕੋਲ ਇੱਕ ਦੀ ਤਾਂ ਮੇਰੇ ਕੋਲ ਰਿਪੋਰਟ ਆ, ਇਹੀ ਆ ਕਿ ਜਿਹੜਾ ਉਹ ਰੋਹਤਕ ਹੈ, ਹਾਂ ਪ੍ਰਿਤਪਾਲ ਸਿੰਘ, ਪ੍ਰਿਤਪਾਲ ਸਿੰਘ ਹਾਂਜੀ, ਇੱਕ ਦੀ ਇਹ ਆਈ ਆ ਕਿ ਉਹ ਹੈਗਾ ਪਾਨੀਪਤ ਜੇਲ੍ਹ 'ਚ ਭੇਜਤਾ, 2 ਦੀ ਰਿਪੋਰਟ ਹਜੇ ਕੱਚੀ ਆ, ਉਹ ਰਿਪੋਰਟ ਇਹ ਆਈ ਕਿ ਉਹ ਸੋਨੀਪਤ, ਦੱਸਿਆ ਜਾ ਰਿਹਾ ਵੀ ਸੋਨੀਪਤ ਹੋਸਪਿਟਲ 'ਚ ਹੈ। ਦੇਖੋ ਕਿੱਥੋਂ ਤੱਕ ਕਿਵੇਂ ਉਹਨਾਂ ਨੂੰ ਮਤਲਬ ਖਿਲਾਰ ਕੇ ਰੱਖਿਆ ਹੋਇਆ। ਤੋ ਸਾਡੀ ਗੌਰਮੈਂਟ ਦੀ ਸਾਡੀ ਅਪੀਲ ਆ, ਅਸੀਂ ਮੰਗ ਕੀਤੀ ਆ, ਸਾਡੇ ਬੰਦੇ ਆ ਜਿਹੜੇ, ਸਾਡੇ ਬੰਦੇ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਯਾਰ,
ਸਾਡੀ ਪ੍ਰੋਟੈਕਸ਼ਨ ਕਰਨਾ ਕਿਹਦੀ ਜ਼ਿੰਮੇਵਾਰੀ ਬਣਦੀ ਹੈ? ਸਾਨੂੰ ਪੁਲਿਸ ਸਾਡੇ ਦਾਲੇ ਲੱਗੀ ਹੁੰਦੀ ਹੈ ਜਦੋਂ ਅਸੀਂ ਧਰਨਾ ਦਿੰਦੇ ਹਾਂ ਜੀ, ਕੀ ਹੁੰਦੀ ਹੈ ਗੱਲ? ਇਹ ਤਾਂ ਜੀ ਅਸੀਂ ਤਾਂ ਤੁਹਾਡੀ ਪ੍ਰੋਟੈਕਸ਼ਨ ਵਾਸਤੇ ਤੁਹਾਡੀ ਰਾਖੀ ਵਾਸਤੇ ਹੀ ਹਾਂ ਯਾਰ। ਜਿੱਥੇ ਰਾਖੀ ਦੀ ਲੋੜ ਪਈ ਉੱਥੇ ਪੁਲਿਸ ਮਤਲਬ ਪੱਲਾ ਝਾੜ ਕੇ ਭੱਜ ਗਈ, ਕਿਉਂ ਨਹੀਂ ਖੜੀ ਪੁਲਿਸ ਉੱਥੇ? ਮਾੜੀ ਜਿਹੀ ਵੀ ਕੋਈ ਘਟਨਾ ਵਾਪਰਦੀ ਹੈ ਪੁਲਿਸ ਦੇ ਮੁਲਾਜ਼ਮਾਂ ਕੋਲ, ਅੱਜ ਕੱਲ੍ਹ ਜਿਹੜਾ ਜਿਹੜਾ ਜ਼ਮਾਨਾ ਹੈ ਹਰ ਇੱਕ ਦੇ ਕੋਲ ਮੋਬਾਈਲ ਕੈਮਰਾ ਹੈ, ਸਾਰੇ ਪ੍ਰਬੰਧ ਨੇ। ਕਿਹੜਾ ਬੰਦਾ ਨਾ ਜੋ ਜਿਹਦੇ ਕੋਲ ਕੈਮਰਾ ਨਹੀਂ, ਅਤੇ ਕਿਹਨੇ ਉਹ ਵੀਡੀਓ ਬਣਾਈ ਉੱਥੇ? ਕੀ ਜ਼ਿੰਮੇਵਾਰੀ ਨਹੀਂ ਬਣਦੀ ਸੀ ਜਦੋਂ ਸਾਡੇ ਟਰੈਕਟਰ ਭੰਨੇ ਜਾ ਰਹੇ ਸੀ, ਸਾਡਾ ਬੰਦੇ ਚੱਕੇ ਜਾ ਰਹੇ ਸੀ, ਸਾਡੇ ਬੰਦੇ ਦੀਆਂ ਲੱਤਾਂ ਤੋੜੀਆਂ ਜਾ ਰਹੀਆਂ ਸੀ ਉੱਥੇ, ਉਹ ਸਾਡੀ ਪੁਲਿਸ ਨੇ ਕਿਉਂ ਨਹੀਂ ਆਉਂਦਾ ਉਹਨੂੰ ਮਤਲਬ ਰਿਕਾਰਡ 'ਤੇ ਲਿਆਂਦਾ? ਜੇ ਉਹਨੂੰ ਰਿਕਾਰਡ 'ਤੇ ਨਹੀਂ ਲਿਆਂਦਾ ਤਾਂ ਫਿਰ ਜੇ ਕਿਤੇ ਹੋ ਸਕਦਾ ਕਿਸੇ ਨੇ ਲਿਆਂਦਾ ਵੀ ਹੋਵੇ। ਜੇ ਲਿਆਂਦਾ ਗਿਆ ਤਾਂ ਉਹਨੂੰ ਅੱਜ ਤੀਕਰ ਬਾਹਰ ਨਹੀਂ ਕੱਢਿਆ ਗਿਆ। ਜੇ ਬਾਹਰ ਨਹੀਂ ਕੱਢਿਆ ਜਾਂਦਾ ਤਾਂ ਇਹਦਾ ਮਤਲਬ ਕਲੀਅਰ ਹੈ ਕਿ ਸਾਡੀ ਪੰਜਾਬ ਗਵਰਨਮੈਂਟ ਵੀ ਉਹਨਾਂ ਨਾਲ ਮਿਲ ਕੇ ਇਹ ਸਭ ਕੁਝ ਕਰਾ ਰਹੀ ਹੈ। ਅਗਲੀ ਗੱਲ ਮੈਂ ਹੋਰ ਦੱਸ ਦਿੰਦਾ, ਹੁਣ ਮੈਨੂੰ ਐਂ ਦੱਸਿਓ, ਸਾਡੀ ਪੰਜਾਬ ਗਵਰਨਮੈਂਟ ਨੇ ਹਾਈ ਕੋਰਟ ਦੇ ਵਿੱਚ ਇੱਕ ਐਫੀਡੇਵਿਟ ਦਾਇਰ ਕੀਤਾ ਹੈ, ਉਹ ਮੈਂ ਮਤਲਬ ਕਾਪੀ ਕਢਵਾਈ ਸਾਡੇ ਬੰਦਿਆਂ ਤੋਂ ਅਤੇ ਉਹਨੂੰ ਪੜ੍ਹ ਕੇ ਦੇਖਿਆ ਹੈ। ਉਹਦੇ 'ਚ ਇਹ ਕਹਿੰਦੇ ਨੇ ਬਈ ਉਹ ਸ਼ੈਲਿੰਗ ਤਾਂ ਕਰਦੇ ਆ, ਉਹ ਅਥਰੂ ਗੈਸ ਦੇ ਕੋਲ ਤਾਂ ਸਿੱਟਦੇ। ਸਾਡੀ ਸਰਕਾਰ ਕਹਿ ਰਹੀ ਹੈ ਯਾਰ, ਉਹਦਾ ਕਹਿਣ ਤਾਂ ਕਹਿਣ, ਤੁਸੀਂ ਸਾਡੀ ਸਰਕਾਰ ਦਾ ਕੀ ਕੰਮ ਬਣਦਾ ਵੀ ਸਾਡੀ ਸਰਕਾਰ ਇਹ ਗੱਲ ਕਵੇ? ਇਹ ਗੱਲ ਕਹੀ ਹੈ ਕਿ ਜੀ ਇਹ ਤਾਂ ਸਾਡੇ 'ਤੇ ਅਥਰੂ ਗੈਸ ਸਿੱਟਦੇ ਆ ਜਦੋਂ ਸਾਡੇ ਮੁੰਡੇ ਉੱਥੇ ਜਾ ਕੇ ਉਹਨਾਂ ਦੇ ਉੱਤੇ ਬੈਰੀਗੇਟਾਂ 'ਤੇ ਚੜ੍ਹਦੇ ਆ। ਇਹ ਸਾਡੀ ਸਰਕਾਰ ਦਾ ਐਫੀਡੇਵਿਟ ਹੈ। ਇਹ ਤੋਂ ਕੀ ਸਿੱਧ ਕਰਨ ਦਾ ਹੈ ਕਿ ਸਾਡੀ ਸਰਕਾਰ ਆਪਦੇ ਲੋਕਾਂ ਨਾਲ ਨਹੀਂ ਖੜੀ, ਸਾਡੀ ਸਰਕਾਰ ਉਹਨਾਂ ਨਾਲ ਖੜੀ ਹੈ। ਸਰਕਾਰ ਦੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਭਾਈ ਮੇਰੀ ਸਟੇਟ ਦੇ ਵਿੱਚ ਲੋਕ ਬਹੁਤ ਤੰਗ ਨੇ, ਤੁਸੀਂ ਸੜਕਾਂ ਖੁੱਲ੍ਹੀਆਂ ਕਰੋ। ਜੇ ਅਸੀਂ ਦਿੱਲੀ ਬੈਠੇ ਸੀਗੇ ਤਾਂ ਦੁਹਾਈ ਪਿੱਟੀ ਵੀ ਸੀ, ਰਸਤੇ ਬੰਦ ਕਰਤੇ ਜੀ, ਕਿਸਾਨਾਂ ਨੇ ਰਸਤੇ ਬੰਦ ਕਰਤੇ, ਅਸੀਂ ਹੁਣ ਕਿਤੇ ਰੋਡ 'ਤੇ ਬਹਿ ਜਾਈਏ ਤਾਂ ਫਿਰ ਹੁੰਦਾ? ਜੇ ਹੁਣ ਕੱਲ੍ਹ ਨੂੰ ਸਾਡੇ ਇਸ ਨੌਜਵਾਨ ਨੂੰ ਇਨਸਾਫ ਨਹੀਂ ਮਿਲਦਾ, ਦੁਖੀ ਹੋ ਕੇ, ਜਾਂ ਸਾਡਾ ਜਿਹੜਾ ਦੂਸਰਾ ਪ੍ਰਤਪਾਲ ਦੀ ਤੁਸੀਂ ਗੱਲ ਕਰਦੇ ਹੋ, ਜਾਂ ਜਿਹੜੇ ਸਾਡੇ ਮਤਲਬ ਸੋਨੀਪਤ ਵਾਲਿਆਂ 'ਚੋਂ ਕਿਸੇ ਦੀ ਡੈਥ ਹੋ ਜਾਂਦੀ ਹੈ, ਜੇ ਪੰਜਾਬ ਦੇ ਲੋਕ ਨਿਕਲ ਨਿਕਲ ਕੇ ਸੜਕਾਂ 'ਤੇ ਬਹਿ ਗਏ ਫਿਰ ਇਹ ਕਰਨਗੇ ਵੀ ਲੋਕਾਂ ਨੇ ਸੜਕਾਂ ਬੰਦ ਕਰ ਲਈਆਂ? ਯਾਰ ਸਾਡੀ ਬੰਦ ਕੀਤੀ ਸੜਕ 'ਤੇ ਤਾਂ ਦੁਹਾਈ ਪਿੱਟੀ ਜਾਂਦੀ ਹੈ, ਅਤੇ ਆਪ ਸ਼੍ਰੀਮਾਨ ਜੀ ਉਹ ਅੱਜ ਬੋਲਦੇ ਕਿਉਂ ਨਹੀਂ? ਜਿੱਦੇ ਅਸੀਂ ਸੜਕ 'ਤੇ ਬਹਿੰਦੇ ਹਾਂ ਉੱਧਰ ਸਾਡੇ ਮੁੱਖ ਮੰਤਰੀ ਕਹਿੰਦੇ ਹੁੰਦੇ ਆ ਲਓ ਜੀ ਸੜਕਾਂ ਬੰਦ ਕਰਨਾ ਕੋਈ ਮਸਲੇ ਦਾ ਹੱਲ ਨਹੀਂ, ਤੁਸੀਂ ਸੜਕਾਂ 'ਤੇ ਬਹਿ ਗਏ, ਤੁਸੀਂ ਮੇਰਾ ਘਰ ਘੇਰ ਲਓ। ਇਹ ਆਮ ਬਿਆਨ ਉਹਨਾਂ ਦਾ। ਅੱਜ ਕਿਉਂ ਨਹੀਂ ਸਰਕਾਰ ਉਹਦੇ 'ਤੇ ਬੋਲਦੀ ਕਿ ਤੁਸੀਂ ਸੜਕਾਂ ਕਿਉਂ ਬੰਦ ਕਰੀ ਬੈਠੇ ਹੋ? ਪਰ ਮੁੱਖ ਮੰਤਰੀ ਸਾਹਿਬ ਤਾਂ ਇਹ ਵੀ ਕਹਿ ਰਹੇ ਆ ਵੀ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ, ਉਹ ਵਕੀਲ ਦੇ ਤੌਰ 'ਤੇ ਵਿੱਚ ਵਿਚਾਲੇ ਵੀ ਬੈਠੇ, ਹੁਣ ਵੀ ਸਾਰਾ ਕੁਛ ਅਨਾਊਂਸ ਕਰਤਾ, ਉਹ ਤੁਹਾਡੇ ਪੱਖ ਦੀ ਗੱਲ ਕਰ ਰਹੇ ਆ, ਦਰਦ ਆ ਉਹਨਾਂ ਨੂੰ ਕਿਸਾਨਾਂ ਦਾ। ਦੇਖੋ ਕਿਸਾਨਾਂ ਦਾ ਜੇ ਦਰਦ ਹੈ ਉਹਨਾਂ ਨੂੰ, ਮੈਂ ਇੱਕ ਬੇਨਤੀ ਕਰਾਂ, ਜੇ ਉਹਨਾਂ ਨੂੰ ਕਿਸਾਨਾਂ ਦਾ ਦਰਦ ਹੈ, ਸਾਡਾ ਉੱਥੇ ਪੇਜ ਫਸਦਾ ਹੈ MSP ਦੀ ਗਰੰਟੀ ਦੇ ਕਾਨੂੰਨ 'ਤੇ ਜੀ, ਇਹ ਕਹਿ ਦੇਣ ਸਾਡੇ ਮੁੱਖ ਮੰਤਰੀ ਕਹਿ ਦੇ ਵੀ ਮੈਂ ਨਹੀਂ MSP ਤੋਂ ਘੱਟ ਵਿਕਣ ਦਿੰਦਾ ਫਸਲ, ਮੈਂ ਬਣਾਉਣਾ ਕਾਨੂੰਨ, ਕਵੇ ਦਰਦ ਆ ਨਾ ਇਹ ਕਵੇ। ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਬੜੇ ਰਿਸਪੈਕਟੇਬਲ ਨੇ ਸਾਡੇ ਲਈ, ਅਸੀਂ ਵੀ ਬਣਾਏ ਆ, ਇਹ ਕਹਿਣ ਕਿ ਬਈ ਕਰਜ਼ਾ ਮੈਂ ਮਾਫ਼ ਕਰਦਾ ਸਾਰੇ ਪੰਜਾਬ ਦਾ, ਖੇ ਖਸਮਾਂ ਨੂੰ ਮੇਰੇ ਨਾਲ ਜੋ ਹੋਊਗੀ ਹੋਊਗੀ, ਨਾ ਹੋਏ ਤਾਂ ਗੱਲ ਕਰਨ ਨੂੰ ਤਿਆਰ ਹੈ। ਅਗਲੀ ਜਿਹੜੀ ਮੈਂ ਤੈਨੂੰ ਪਹਿਲੀਆਂ ਸਾਰੀਆਂ ਗੱਲਾਂ ਦੱਸੀਆਂ ਨੇ ਉਹਨਾਂ ਗੱਲਾਂ ਦੇ ਵਿੱਚੋਂ ਰਤਨ ਜੀ ਇਹ ਗੱਲ ਸਪਸ਼ਟ ਹੋ ਰਹੀ ਹੈ, ਜਿੱਦੇ 21 ਤਰੀਕ ਸੀ ਜੀ, ਹੁਣ ਸਰਕਾਰ ਨੇ ਬਹਾਨਾ ਬਣਾਤਾ ਅਸੀਂ ਤਾਂ ਟਿੱਪਰ ਰੇਸ ਕਰਕੇ ਲਾਏ ਸੀਗੇ, ਇਹ ਵੱਡੀਆਂ ਮਸ਼ੀਨਾਂ ਲੈ ਕੇ ਆ ਰਹੇ, ਤੁਸੀਂ ਮੈਨੂੰ ਐਂ ਦੱਸਿਓ ਵੀ ਸਾਡੀ ਟਰਾਲੀ ਆ ਰਹੀ ਲੰਗਰ ਲੈ ਕੇ ਜੀ, ਸਾਡੇ ਧਰਨੇ 'ਚੋਂ ਸਾਡੀ ਲੰਗਰ ਵਾਲੀ ਟਰਾਲੀ ਨੂੰ ਪੰਜਾਬ ਗਵਰਨਮੈਂਟ ਨਹੀਂ ਅੰਦਰ ਵੜਨ ਦਿੰਦੀ, ਉਹਨਾਂ ਨੂੰ ਵੀ ਰੋਕਦੀ ਹੈ, ਫਿਰ ਇਹ ਕਿਵੇਂ ਮੰਨਾਂਗੇ ਵੀ ਪੰਜਾਬ ਦੀ ਹਿਤੈਸ਼ੀ ਹੈ? ਜਿਹੜਾ 21 ਨੂੰ ਹੋਇਆ ਜਿਹੜਾ ਸਾਰਾ ਉਹ ਸੀਗਾ ਜਦੋਂ ਖੇਤੀਬਾੜੀ ਮੰਤਰੀ ਭਾਰਤ ਸਰਕਾਰ ਵੱਲੋਂ ਇੱਕ ਟਵੀਟ ਆਉਂਦਾ ਗਾ ਤੁਹਾਡੀ ਮੀਟਿੰਗ ਦੀ ਗੱਲ ਚੱਲ ਪਈ, ਤੁਹਾਨੂੰ ਇਹ ਨਹੀਂ ਲੱਗਦਾ ਵੀ ਖਨੌਰੀ ਕਿਸੇ ਕਿਸਾਨ ਆਗੂ ਦਾ ਉਵੇਂ ਵੱਡੇ ਚਿਹਰੇ ਦਾ ਨਾਂ ਹੋਣਾ, ਉੱਥੇ ਵੀ ਮਿਸਕਨਫਿਊਜ਼ਨ ਜਾਂ ਮਿਸਕਮਿਊਨੀਕੇਸ਼ਨ ਹੋ ਗਿਆ ਤਾਂ ਕਰਕੇ ਵੀ ਜ਼ਿਆਦਾ ਮਾਹੌਲ ਉਹ ਹੋ ਗਿਆ? ਨਹੀਂ ਉਹ ਤਾਂ ਸਹੀ ਤਰੀਕੇ ਨਾਲ ਡਿਲੀਵਰੀ ਹੀ ਨਹੀਂ ਹੋਇਆ ਲੋਕਾਂ ਨੂੰ ਵੀ ਅਸਲ 'ਚ ਚੱਲ ਕੀ ਰਿਹਾ? ਨਹੀਂ ਨਹੀਂ ਇਹ ਨਹੀਂ ਹੈ ਗੱਲ, ਦਰਅਸਲ ਸਾਰਾ ਸਿਸਟਮ ਠੀਕ ਸੀ ਜੀ, ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ, ਆਗੂ ਉੱਥੇ ਸਾਡੀ ਜਥੇਬੰਦੀ ਸਾਰੀ ਜਥੇਬੰਦੀ ਬੈਠੀ ਹੈ, 99% ਬੰਦੇ ਸਾਡੀ ਜਥੇਬੰਦੀ ਦੇ ਹੈ ਜੀ, ਤੇ ਸਾਡੀ ਜਥੇਬੰਦੀ ਦੇ ਕਿਸੇ ਬੰਦੇ ਨੂੰ ਕੋਈ ਭੁਲੇਖਾ ਨਹੀਂ ਗਾ ਵੀ ਕਾਕਾ ਕੋਟਲਾ ਸਾਡਾ ਜਨਰਲ ਸਕੱਤਰ ਹੈ, ਕਾਕਾ ਕੋਟਲਾ ਉੱਥੇ ਵਿਸ ਹੈ, ਜ਼ਿਲ੍ਹਿਆਂ ਦੇ ਲੋਕ ਹੀ ਹੈ ਨਾ ਉੱਥੇ, ਤੇ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਉੱਥੇ ਹੈ, ਫਿਰ ਆਪਾਂ ਕਿਵੇਂ ਕਹਾਂਗੇ ਵੀ ਸਾਡੇ ਆਗੂ ਨਹੀਂ ਉੱਥੇ? ਇਹ ਨਹੀਂ ਹੈਗਾ ਜਿਹੜੇ ਨੌਜਵਾਨ ਸਵਾਲ ਕਰ ਰਹੇ ਆ ਵੀ ਆਗੂ ਕਿੱਧਰ ਚਲੇ ਗਏ ਸੀ। ਦੇਖੋ ਪਤਾ ਗੱਲ ਕੀ ਹੈ, ਉਹ ਤੂੰ ਮੈਨੂੰ ਮੇਰੇ ਨਾਲ ਚਲੋ ਖਨੌਰੀ ਬਾਰਡਰ 'ਤੇ ਜੀ, ਮੈਂ ਇਕੱਲੇ ਇਕੱਲੇ ਬੰਦੇ ਨੂੰ ਤੁਹਾਨੂੰ ਮੈਂ ਮਿਲਾ ਦਿੰਦਾ, ਟਰਾਲੀ ਟੂ ਟਰਾਲੀ ਤੁਰਾਂਗੇ,
ਕੀ ਕਹਿੰਦੇ ਨੇ ਲੋਕ, ਇਹ ਜੀ ਕੋਈ ਗੱਲ ਨਹੀਂ ਹੈ। ਜੇ ਆਗੂ ਦੀ ਗੱਲ ਕਰਦੇ ਨਾ ਵੀ ਆਗੂ ਨਹੀਂ ਸੀ, ਹੁਣ ਮੈਨੂੰ ਕੁਹਾੜ ਨੂੰ ਤੁਸੀਂ ਆਗੂ ਨਹੀਂ ਮੰਨਦੇ? ਜਵਾਬ ਦਿਓ ਇਸ ਗੱਲ ਦਾ ਜੀ। ਅਭਿਮਨੂ ਕੁਹਾੜ ਇੱਕ ਉਹ ਆਗੂ ਹੈ ਜਿਹੜਾ ਰੋਜ਼ ਡਿਬੇਟਾਂ 'ਚ ਔਰ ਉਹਨਾਂ ਚੈਨਲਾਂ 'ਤੇ ਜਾਂਦਾ ਜਿਹੜੇ ਚੈਨਲਾਂ ਦੇ ਉੱਤੇ ਜਿਹੜੇ ਨੈਸ਼ਨਲ ਲੈਵਲ ਦੇ ਚੈਨਲ ਨੇ, ਇੰਟਰਨੈਸ਼ਨਲ ਤੱਕ ਦੀ ਗਏ, ਉਹਦੀਆਂ ਗੱਲਾਂ ਜਾ ਰਹੀਆਂ ਨੇ ਕਿ ਉਹਨੂੰ ਆਗੂ ਨਹੀਂ ਮੰਨਦੇ। ਸਾਡਾ ਕਾਕਾ ਕੋਟੜਾ ਉੱਥੇ ਹੈ, ਸੁਖਜਿੰਦਰ ਖੋਸਾ ਸੁਖਜਿੰਦਰ ਖੋਸੇ ਦੀ ਜਥੇਬੰਦੀ ਦਾ ਲੀਡਰ ਉੱਥੇ ਹੈ, ਕੋਟ ਬੁੱਢਾ ਜੀ ਕੋਟ ਬੁੱਢਾ ਦੀ ਜਥੇਬੰਦੀ ਦਾ ਪ੍ਰਧਾਨ ਉੱਥੇ ਹੈ, ਕਿਵੇਂ ਕਹਿ ਦੂਗਾ ਜੀ ਕੋਈ ਉੱਥੇ ਲੀਡਰ ਨਹੀਂ ਸੀ? ਸਾਰੀ ਲੀਡਰਸ਼ਿਪ ਜਿਹੜੀ ਉੱਥੋਂ ਦੀ ਵਾਲੀ ਹੈ ਉਹ ਉੱਥੇ ਬੈਠੀ ਹੈ। ਉਹਨਾਂ ਨੇ ਪੂਰਾ ਯਤਨ ਹੋਇਆ। ਇਹ ਠੀਕ ਹੈ ਕਿ ਮਤਲਬ ਕੋਈ ਬੰਦਾ ਜਿਹੜੇ ਹੋ ਸਕਦਾ ਕਿਸੇ ਨੇ, ਹੁਣ ਜਿਹੜਾ ਇਹੀ ਕਿੰਤੂ ਪਰੰਤੂ ਹੋ ਰਿਹਾ ਵੀ ਇਹ ਆਪ ਮੂਹਰੇ ਨਹੀਂ ਲੱਗੇ ਮੁੰਡੇ, ਕੌਣ ਕਹੂਗਾ ਜੀ ਅਸੀਂ ਮੂਹਰੇ ਨਹੀਂ ਲੱਗੇ? ਤੁਸੀਂ ਇੱਥੇ ਦੇਖਿਆ ਸ਼ੰਭੂ ਤੋਂ ਤਸਵੀਰ ਆਈ ਹੈ, ਫਿਰ ਹੁਣ ਕੀ ਤਸਵੀਰਾਂ ਹੋਰ ਕਿਹਾ ਜਾਂਦੇ ਸੀਗੇ? ਸ਼ੰਭੂ ਬਾਰਡਰ ਦੇ ਉੱਤੇ ਰਤਨ ਜੀ, ਅਸੀਂ ਪਹਿਲੇ ਦਿਨ 13 ਤਰੀਕ ਨੂੰ 14 ਤਰੀਕ ਨੂੰ ਮੈਂ ਉੱਥੇ ਰਿਹਾ, ਤੁਹਾਡੀ ਸਾਰੀ ਪ੍ਰੈਸ ਨੇ ਮਤਲਬ ਮੈਨੂੰ ਉੱਥੇ ਦੇਖਿਆ ਹੋਊਗਾ, ਸ਼ੈਲਿੰਗ ਹੋਈ ਸਾਰੀ। 21 ਤਰੀਕ ਨੂੰ ਫਿਰ ਸਾਰੇ ਮੁੰਡਿਆਂ ਨੂੰ ਕਿਹਾ ਵੀ ਤੁਸੀਂ ਪਿੱਛੇ ਹਟ ਜਾਓ, ਅਸੀਂ ਜਾਵਾਂਗੇ। ਫਿਰ ਅਸੀਂ ਗਏ ਹਾਂ, ਤੁਸੀਂ ਸਾਰਿਆਂ ਨੇ ਪੱਤਰਕਾਰਾਂ ਨੇ ਵੀ ਉੱਥੇ ਵਿੱਚ ਗਏ ਹੋ, ਮੇਰਾ ਖਿਆਲ ਹੈ ਪੱਤਰਕਾਰਾਂ ਦੀ ਵੀ ਪੇਸ਼ ਨਹੀਂ ਜਾਣ ਦਿੱਤੀ ਉਹਨਾਂ ਨੇ, ਕਿੱਡੀ ਹੈਵੀ ਸ਼ੈਲਿੰਗ ਹੋਈ ਹੈ ਉੱਥੇ, ਪੱਤਰਕਾਰਾਂ ਨੂੰ ਵੀ ਉੱਥੇ ਭੱਜਣਾ ਪਿਆ। ਉਹ ਬਜ਼ੁਰਗ ਆ ਸਾਡਾ ਮਤਲਬ ਸਤਨਾਮ ਸਿੰਘ ਬਹਿਰੂ ਜੀ, ਬਜ਼ੁਰਗ ਉਮਰ ਦੇ ਵਿੱਚ ਜਿਹੜਾ 80 ਸਾਲ ਤੋਂ ਉੱਪਰ, ਇਹ ਵੀ ਸਾਡੇ ਨਾਲ ਆ ਵਿੱਚ ਉੱਥੇ, ਤਾਂ ਅਸੀਂ ਉੱਧਰ ਨੂੰ ਗਏ ਹਾਂ। ਇਹ ਤਾਂ ਮੈਨੂੰ ਲੱਗਦਾ ਪਤਾ ਨਹੀਂ ਕਿੱਥੋਂ, ਦੂਜੀ ਗੱਲ ਮੈਂ ਤੈਨੂੰ ਹੋਰ ਦੱਸਦਾ ਜੀ, ਮੈਂ ਤੁਹਾਡੇ ਸਾਹਮਣੇ ਉਹ ਬੰਦਾ ਬੈਠਾ, ਮੈਂ ਕੋਈ ਆਪਣੇ ਆਪ ਨੂੰ ਆਗੂ ਨਹੀਂ ਮੰਨਦਾ, ਮੈਂ ਮੇਰੀ ਤਾਂ ਇੱਕ ਨੇਚਰ ਹੈ ਕਿ ਮੈਂ ਤਾਂ ਯਾਰ ਆਪਾਂ ਸਾਰਾ ਪਰਿਵਾਰ ਇੱਕ ਹੈ ਜੀ। ਠੀਕ ਹੈ, ਮੇਰੀ ਸੰਗਤ ਨੇ ਮੈਨੂੰ ਆਪਦਾ ਆਗੂ ਮੰਨ ਲਿਆ, ਹੁਣ ਮੇਰੀ ਸੰਗਤ ਨੂੰ ਇਸ ਗੱਲ ਦਾ ਪਤਾ ਜਾਂ ਪੂਰੇ ਪੰਜਾਬ ਨੂੰ ਇਸ ਗੱਲ ਦਾ ਪਤਾ ਹੈ ਕਿ ਜਿੱਦਾਂ ਜੁਮਲਾ ਮੁਸ਼ਤਰਕਾ ਮਾਲਕਣ ਵਾਲੀ ਪੈਲੀ ਦੇ ਉੱਤੇ ਡੰਡਾ ਅੜਿਆ, ਉਹਦੇ ਕਿਹਨੇ ਰੋਕਿਆ ਜੀ? ਮਰਨ ਵਰਤੇ ਬਹਿ ਕੇ ਰੋਕਿਆ ਨਾ। ਸਾਡਾ ਪਟਿਆਲੇ ਦੇ ਵਿੱਚ ਟਾਈ ਪਈ ਕਿ ਕਿਸਾਨ ਨੂੰ ਆਪਦੀ ਮੋਟਰ ਦਾ ਕਨੈਕਸ਼ਨ ਕਿਉਂ ਨਹੀਂ ਤੁਸੀਂ ਇੱਧਰ ਉੱਧਰ ਲਿਜਾ ਦਿੰਦੇ, ਉਹ ਕਿਹਨੇ ਕਰਵਾਇਆ? ਮਰਨ ਵਰਤੇ ਬਹਿ ਕੇ ਕਰਵਾਇਆ ਨਾ, ਕਰਵਾ ਕੇ ਉੱਠੇ ਆ ਨਾ ਯਾਰ, ਜਾਣ ਤੋਂ ਬੇਪਰਵਾਹ ਹੋ ਗਏ, ਮਤਲਬ ਚੱਲਣ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ। ਹਾਂ, ਇੱਕ ਜ਼ਰੂਰ ਆ ਸਾਡੇ ਅੰਦਰ ਗੱਲ ਕਿ ਦੇਖੋ ਜਦੋਂ ਕਿਸੇ ਦਾ ਪੁੱਤ ਮਰਦਾ ਹੈ ਨਾ ਜੀ, ਇਹ ਗੱਲ ਕਹਿਣ ਨੂੰ ਬਹੁਤ ਵੱਡੀਆਂ ਹੁੰਦੀਆਂ ਵੀ ਐਂ ਕਰ ਦਿਓ ਐਂ ਕਰ ਦਿਓ ਜੀ, ਜਿਹੜੀ ਮਾਂ ਦਾ ਮਰਦਾ ਹੈ ਉਹ ਦਰਦ ਸਿਰਫ ਉਸ ਮਾਂ ਨੂੰ ਹੈ, ਜਿਹੜੀ ਭੈਣ ਦਾ ਭਰਾ ਮਰਦਾ ਦਰਦ ਉਸ ਨੂੰ ਹੈ, ਜਿਹਦਾ ਸੁਹਾਗ ਉੱਜੜਦਾ ਦਰਦ ਉਹਨੂੰ ਹੈ। ਅਸੀਂ ਦਿਲੀ ਭਾਵਨਾ ਸਾਡੀ ਇਹ ਹੈ ਕਿ ਅਸੀਂ ਲੀਡਰ ਆਏ, ਅਸੀਂ ਕਾਹਦੇ ਲੀਡਰ ਹਾਂ ਜੇਕਰ ਸਾਰੀ ਦੁਨੀਆ ਮਰਵਾ ਕੇ ਅਤੇ ਲੈ ਕੇ ਇੰਨਾ ਕੁ ਦੇ ਦਈਏ? ਸਾਨੂੰ ਘੱਟੋ ਘੱਟ ਕੋਸ਼ਿਸ਼ ਸਾਡੀ ਇਹ ਹੋਣੀ ਚਾਹੀਦੀ ਹੈ ਕਿ ਘੱਟ ਤੋਂ ਘੱਟ ਨੁਕਸਾਨ ਨਾਲ ਵੱਧ ਤੋਂ ਵੱਧ ਪ੍ਰਾਪਤੀ ਹੋ ਜੀ, ਸਾਡੀ ਕੋਸ਼ਿਸ਼ ਇਹ ਹੈ ਜੀ। ਮੇਰਾ ਸਵਾਲ ਹੁਣ SKM ਨੂੰ ਲੈ ਕੇ, SKM ਦੀ ਮੀਟਿੰਗ ਹੋਈ, ਸਾਰਾ ਕੁਛ ਉਹਨਾਂ ਨੇ ਕਹਿਤਾ ਵੀ 14 ਮਾਰਚ ਨੂੰ ਰਾਮਲੀਲਾ ਗਰਾਊਂਡ ਜਾਵਾਂਗੇ ਟਰੈਕਟਰ ਮਾਰਚ, ਉੱਥੇ ਕਿੱਥੇ ਆ, ਉੱਥੇ ਕਿਉਂ ਨਹੀਂ? ਉਹਨਾਂ ਨੂੰ ਵੀ ਇਹ ਸਵਾਲ ਹੋਇਆ, ਉਹੀ ਸਵਾਲ ਮੈਂ ਤੁਹਾਨੂੰ ਕਰੂੰਗਾ, ਕੀ ਗੱਲ ਇਹ ਕੋਈ ਹੀਰੋਇਜ਼ਮ ਬਣ ਰਹੇ ਤੁਹਾਨੂੰ? ਮੈਂ ਸਵਾਲ ਤੁਹਾਨੂੰ ਬਹੁਤ ਪੱਤਰਕਾਰਾਂ ਨੇ ਹਰ ਇੱਕ ਬੰਦੇ ਨੂੰ ਕਰਿਆ, ਰਾਜੇਵਾਲ ਸਾਹਿਬ ਨੂੰ ਵੀ ਕਰਿਆ, ਗਰਾਹਾਂ ਸਾਹਿਬ ਨੂੰ ਵੀ ਕਰਿਆ, ਸੋਨੂੰ ਵੀ ਹੋ ਰਹੇ ਆ, ਭੰਦੇਰ ਸਾਹਿਬ ਨੂੰ ਹੋ ਰਹੇ ਆ, ਕਿਉਂ ਨਾ ਹੈਂਕੜਬਾਜੀ ਛੱਡ ਕੇ ਇਕੱਠੇ ਹੋ ਕੇ ਕਿਉਂ ਨਹੀਂ ਤੁਸੀਂ ਇੱਕ ਸੀਟ ਦੇ ਉੱਤੇ ਜਾਂ ਇੱਕ ਟੇਬਲ ਦੇ ਉੱਤੇ ਬੈਠ ਕੇ ਗੱਲ ਕਰਦੇ? ਇਸ ਨੂੰ ਲੈ ਕੇ ਸਾਰਾ ਪੰਜਾਬ ਇਹ ਤੁਹਾਨੂੰ ਪੁੱਛ ਰਿਹਾ ਵੀ ਅਸਲ ਦੇ ਵਿੱਚ ਚੱਲ ਕੀ ਰਿਹਾ ਹੈਗਾ ਅੰਦਰ ਖਾਤੇ ਜਥੇਬੰਦੀਆਂ ਦਾ? ਨਹੀਂ, ਮੈਨੂੰ ਤੁਹਾਡੇ ਵੀ ਮੁੱਦੇ ਉਹੀ ਉਹਨਾਂ ਦੇ ਮੁੱਦੇ। ਰਤਨ ਜੀ ਤੁਸੀਂ ਅੰਦਰ ਖਾਤੇ ਵਾਲੀ, ਹੁਣ ਕੋਈ ਗੱਲ ਅੰਦਰ ਖਾਤੇ ਹੈ, ਤੁਸੀਂ ਮੈਨੂੰ ਇਹ ਸਪਸ਼ਟ ਕਰੋ, ਤੁਸੀਂ ਕਿਵੇਂ ਕਹਿ ਰਹੇ ਹੋ ਵੀ ਅੰਦਰ ਖਾਤੇ ਚੱਲ ਰਿਹਾ ਜਥੇਬੰਦੀਆਂ ਦਾ? ਫਿਰ ਜੇ ਤੁਸੀਂ ਸ਼ਰੇਆਮ ਬੋਲ ਰਹੇ ਹੋ ਤਾਂ ਕਿਉਂ ਹੈ? ਨਹੀਂ, ਮੈਂ ਤਾਂ ਬੋਲ ਕੇ ਕਿਹਾ ਨਾ ਸਾਰਾ ਕੁਝ ਨਾ ਕੁਝ ਕਿਹਾ, ਹਜੇ ਮਤਲਬ ਕਿਉਂ ਵਾਲਾ ਸ਼ਬਦ ਜਿਹੜਾ ਤੁਸੀਂ ਵਰਤਦੇ ਹੋ, ਤੁਹਾਡੀ ਹੀ ਮੇਰੇ ਨਾਲ ਹੋਈ ਇੰਟਰਵਿਊ ਪਈ ਹੈ ਜੀ, ਜਿਹਦੇ ਵਿੱਚ ਮੈਂ ਮਤਲਬ ਟੋਟਲ ਸਾਰਾ ਕੁਛ ਕਲੀਅਰ ਕਰਕੇ ਦੇਖਿਆ। ਇੱਕ ਗੱਲ ਨੰਬਰ 2, ਹੁਣ ਸਾਡੇ ਜਿਹੜੇ ਵਖਰੇਵੇਂ ਨੇ ਜੀ ਰਤਨ ਜੀ, ਉਹ ਵਿਚਾਰਧਾਰਕ ਵਖਰੇਵੇਂ ਨੇ, ਵਿਚਾਰਧਾਰਕ ਵਖਰੇਵੇਂ ਸਾਡੇ ਪੰਗਾ ਪਾਉਣਗੇ, ਅਸੀਂ ਜਿੰਨਾ ਮਰਜ਼ੀ ਚਿਰ ਲੜਨਗੇ। ਇਹ ਲਕੀਰ ਲੋਕਾਂ ਨੂੰ, ਆਪਣੇ ਆਪ ਲੋਕਾਂ ਨੂੰ ਸਮਝ ਨਹੀਂ ਪੈਗੀ। ਮੈਂ ਤੁਹਾਨੂੰ ਪੱਤਰਕਾਰਾਂ ਨੂੰ ਵੀ ਅਪੀਲ ਕਰਦਾ ਕਿ ਇਹਨੂੰ ਲਕੀਰ ਨੂੰ ਸਮਝੋ ਕਿ ਲਕੀਰ ਹੈ ਕਿਉਂ। ਤੁਸੀਂ ਮੈਨੂੰ ਐਂ ਦੱਸਿਓ, ਜਿਹੜਾ ਆਗੂ WTO ਦਾ ਹਮਾਇਤੀ ਹੋਵੇ ਤੇ WTO ਦੇ ਖਿਲਾਫ ਅੱਜ ਲੜਾਈ ਲੜਨੀ ਹੋਵੇ ਤਾਂ ਉਹ ਲੜੂਗਾ? WTO ਕਹਿੰਦਾ ਵੀ MSP ਦੇਣੀ ਬੰਦ ਕਰੇ ਭਾਰਤ ਆਪਦੇ ਕਿਸਾਨਾਂ ਨੂੰ, ਉਹ MSP WTO ਦਾ ਹਮਾਇਤੀ ਹੋਵੇ ਤੇ ਕੀ ਉਹ ਕੀ ਸਾਨੂੰ ਮਤਲਬ ਲੋਕਾਂ ਨੂੰ MSP ਲੈ ਦੂਗਾ? ਨਹੀਂ, ਪਰ ਪਹਿਲਾਂ ਵੀ ਆਪਾਂ ਅੰਦੋਲਨ ਲੜੇ ਹੈ ਨਾ ਯਾਰ, ਕਮਾਲ ਹੋ ਗਈ। ਮੈਂ ਫਿਰ ਉਹੀ ਤਰ੍ਹਾਂ ਸਵਾਲ ਫਿਰ ਖੜਾ, ਮਤਲਬ ਜਿਹੜੀ ਮੈਂ ਤੈਨੂੰ ਕਲੀਅਰ ਕਰਦਾ ਕਰ ਰਿਹਾ ਗੱਲ ਤਾਂ ਉਹ ਹੈ, ਜਿਹੜੇ ਲੋਕ ਕਹਿੰਦੇ ਹੋਣ
कि जी किसान का कर्जा नहीं माफ होना चाहिए कि जब असं कर्ज मुक्ति की गल करते समुची किसानी की साथ खड़न गए सवाल इन्होंने गलों विचारधारा का फर्क है मेरी दुश्मनी किसी नाल नहीं ये सारे कट्ठे भी किए सर असी कट्ठे कर ले तुसीं मैनूं एक गल दा जवाब मैं तुहाडे तों पुछदा तुसीं उस पोजीशन जो जिहड़ी पोजीशन जो लीडर से वो भजन की तैयारी चाह रहे भी असीं तां जाणा है असीं जाके इलैक्शन लड़ना जां की करना मैनूं नहीं पता उन्होंने ए बी सी की सी की तुहानूं नहीं लगता गा कि उस वेले हालांकि तुसीं रहिंदे हो कहिंदे हो सानूं तुसीं पत्रकार ही साडे ते इह गल दा सवाल करदे हो भी जेकर थोड़ा जिहा चिर होर बह जांदे कि डल्लेवाल जी फिर आपां अज्ज दुबारा अंदोलन करना पैदा करदे होंगे सारे पत्रकार सवाल ये सवाल मेरा तुहाडे ते भी जे तुसीं उस थां ते आपदे आप नूं ठल के वेखो कि वो फैसला गलत नहीं होया पर दोनों पासों के आगू मानते हैं भी ये नुकसान सारा पंजाब नूं हो रहा ठीक है विचारक मतभेद है तो विचारधारा का फर्क आ जो नुकसान तो अल्टीमेट पंजाब के लोगों नूं तां हो रहा मैं एक चलो मान लिया जे वो आगू मानते हैं कि पंजाब नूं नुकसान हो रहा है जी असी मोर्चा लड़न की तैयारी की जी तुसीं मैनूं निकल दा जवाब दिओ फिर जे वो सच्चियों किसान आगू ने ईमानदारी नाल किसान आगू ने असी लड़ रहे हैं उन्हां दी साडे नाल विचारधारा दे नाल नहीं गल फिट बैठ रही उन्होंने साढ़े खिलाफ बयान देने चाहिए है जवाब दे उस गल दे रहे हैं ना ये तो जी दो जथेबंदियों का मोर्चा है इन्हों जी जे जे संभू बॉर्डर से बैठे ने जे खनौरी बॉर्डर से बैठे ने साडा इन्हों कोई संबंध नहीं ये जी बयानबाजी हो रही ना जी मैं कहना भी असी यह जिहड़ा बयान आया ये बयान तुसी केड़े केड़ी कैटेगरी च रख के झाती मारते हो ये बयान क्यों आया की कारण है इन्हां बयानां दा नत्ती नूं हुण तुसी फिर की कर रहे हो असी 27-28 दीआं मीटिंगां सद्दियां ने देखो असी मतलब इत्थे भावें मोर्चे दे विच असी पंजाब दीआं जां हरियाणे दीआं जथेबंदियां बैठियां ने जी अदर स्टेटां वालीआं जथेबंदियां नूं असी 29 तरीक नूं 28 ते 27 नूं दो दिन इकट्ठे करके 29 ਨੂੰ ਅਸੀਂ ਕੋਈ ਮਤਲਬ ਜਿਹੇ ਜਿਹਾ ਸਾਰਿਆਂ ਦੀ ਸਾਂਝੀ ਸਮਝ ਬਣੂਗੀ ਜੀ ਕਿ ਮੋਰਚੇ ਨੂੰ ਕਿਸ ਰੂਪ ਦੇ ਵਿੱਚ ਕਿਵੇਂ ਚਲਾਉਣਾ ਹੈ ਉਹਦੇ ਵਿੱਚ ਅਸੀਂ ਫੈਸਲਾ ਲਵਾਂਗੇ ਤੇ ਜੇ ਦਿੱਲੀ ਜਾਣ ਵਾਲਾ ਉਹ ਤੁਹਾਡਾ ਜਾਰੀ ਹੈ ਕਿ ਨਹੀਂ ਹਜੇ ਤੁਸੀਂ ਨਹੀਂ ਉਹ ਸਾਡਾ ਜਿੰਨੀ ਦੇਰ ਤੱਕ ਨਵਾਂ ਫੈਸਲਾ ਨਹੀਂ ਆਉਂਦਾ ਉਹਦੇ ਤੇ ਸਾਡਾ ਮਤਲਬ ਉਹ ਫੈਸਲਾ ਸਾਡਾ ਜਿਉਂਦਾ ਕਿਉਂ ਹੈ ਲੇਕਿਨ ਉਹ ਰੋਕਿਆ ਕਿਉਂ ਹੈ ਸਾਡਾ ਸ਼ੁਭ ਕਰਨ ਗਿਆ ਹੈ ਜੀ ਉਹਦੀ ਹਜੇ ਉਹਨੂੰ ਇਨਸਾਫ ਦਿਵਾਉਣਾ ਹਜੇ हो सकता सानू दिल्ली दे तो पहला ताकत आपदी चंडीगढ़ नाल धुक धुकनी पवे उन्हूं इंसाफ दिवाउणा है उन्हूं इंसाफ दिवाउण तक असी हजे बैठे हाँ की बनता है उहदा संस्कार तो बाद साडियां मीटिंगां होणगीआं मीटिंगां तो बाद असी चर्चा करके किहो जिहा रिजल्ट निकलता की निकलता उहदे ते गल जी धन्नवाद जी तुसीं समझदार थैंक यू।